ਮਗਰ ਦੁਨੀਆ ਕਿਨੇ ਕਿੱਥੋਂ ਆਈ ਤੇ ਕਿਨੇ ਬਣਾਈ ਰੋਟੀ ਸਦਾ ਜੱਗ ਤੇ ਜਿਉਂਦੀਆਂ ਰਹਿਣ ਮਾਵਾ ਜਿਨ੍ਹਾਂ ਬੱਚਿਆਂ ਦੇ ਮੂੰਹ ਵਿੱਚ ਪਾਈ ਰੋਟੀ। ਇਧਰ ਮੁਕਾਬਲਾ ਭਾਦਸੋਂ ਦੀ ਟੀਮ ਜਿਹੜੀ ਸੜਕ ਵਾਲੀ ਸਾਈਡ ਏ ਜਿਹਦੇ ਵਿੱਚ ਹਰਿਆਣੇ ਦੇ ਖਿਡਾਰੀ ਵੀ ਖੇਡਦੇ ਨੇ ਤੇ ਦੂਜੇ ਪਾਸੇ ਟੀਮ ਜਿਹੜੀ ਆਪਣੇ ਨਗਰ ਦੀ ਲਵੀ ਸਤਿਕਾਰ ਸਿਆ ਪਹਿਲੀ ਕਬੱਡੀ ਤੇ ਇਹ ਹੈ ਸਰਬਜੀਤ ਸਿੰਘ ਸਾਹਿਬ ਖੇਡਿਆ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਤੇ ਵਹਿਜਾ ਵਹਿਜਾ ਕਰਵਾਈ ਦੋ ਸੀਜ਼ਨਾਂ ਦਾ ਬੈਸਟ ਖਿਡਾਰੀ ਰਿਹਾ। ਬਹੁਤ ਬਹੁਤ ਧੰਨਵਾਦ ਹੈ ਐਨ ਆਰ ਆਈ ਵੀਰਾਂ ਦਾ, ਚਾਹੇ ਕੋਈ ਕੈਨੇਡਾ ਦੇ ਵਿੱਚ, ਚਾਹੇ ਅਮੈਰੀਕਾ ਤੇ, ਚਾਹੇ ਇੰਗਲੈਂਡ, ਚਾਹੇ ਮਨੀਲਾ। ਬਹੁਤ ਹੀ ਸਤਿਕਾਰਯੋਗ ਸਾਡੇ ਸ਼ਿੰਦਰ ਧਾਲੀਵਾਲ ਜੀ ਕੈਨੇਡਾ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਨੇ, ਵੱਡੇ ਸਹਿਯੋਗ ਨੇ ਤੇ ਨਾਲ ਸਾਡੇ ਡੈਂਪੀ ਜੀ USA। ਮੈਂ ਤਾਂ ਅਮਰੀਕਾ ਵਾਲੇ ਕਹਿੰਦਾ ਹੁੰਦਾ ਵੀ ਠੇਸ ਪੰਜਾਬੀ ਦੇ ਵਿੱਚ ਅਮਰੀਕਾ ਵਾਲੇ ਆਖਾਂਗੇ। ਡੈਂਪੀ ਅਮਰੀਕਾ, ਮਨੀਲਾ ਗਰੁੱਪ, ਬਹੁਤ ਹੀ ਸਤਿਕਾਰਯੋਗ ਸਾਡੇ ਗੁਰਦੀਪ ਜੀ ਮਨੀਲਾ ਗਰੁੱਪ ਤੇ ਨਾਲ ਸਾਡੇ ਕਿੰਦੂ ਜੀ ਕੈਨੇਡਾ, ਮਹਿੰਕੀ ਜੀ USA ਤੇ ਨਾਲ ਤੁੰਨਾ ਸਾਉਦੀ ਤੋਂ ਸਾਡਾ ਤੁੰਨਾ ਵੀਰ ਤੇ ਨਾਲ ਸਾਡੇ ਗੁਰਦੇਵ ਕੈਨੇਡਾ ਜੀ। ਕਿ ਪ੍ਰਦੇਸ਼ਾਂ ਦੇ ਵਿੱਚੋਂ ਆਉਂਦੇ ਪ੍ਰਵਾਸੀ ਵੀਰੇ ਮਾਂ ਖੇਡ ਕਬੱਡੀ ਦੇ ਮੈਚ ਕਰਵਾਉਣ ਦੇ ਲਈ ਜਿਹੜੇ ਨਹੀਂ ਆਉਂਦੇ ਪੈਸੇ ਭੇਜ ਦਿੰਦੇ ਮਾਂ ਖੇਡ ਕਬੱਡੀ ਦਾ ਕਰਜ਼ ਚੁਕਾਉਣ ਦੇ ਲਈ। ਹੁਣ ਤਾਂ ਪੌਂਡਾ ਡਾਲਰਾਂ ਦੀ ਹੋ ਗਈ ਕਹਾਣੀ ਬਈ, ਜਿਉਂਦੀ ਰੱਖ ਲਈ ਤੁਸੀਂ ਪ੍ਰਵਾਸੀ ਹੋ ਬਈ, ਨਹੀਂ ਤੇ ਕਦੇ ਦੀ ਖਤਮ ਹੋ ਜਾਣੀ ਸੀ। ਸ਼ਿੰਦਰ ਧਾਲੀਵਾਲ ਜੀ ਕੈਨੇਡਾ ਵਾਲੇ ਬੈਠੇ ਕਿੱਥੇ ਕਿ ਨੇ ਜੀ? ਇੱਕ ਵਾਰੀ ਫਤਿਹ ਸਾਹਿਬ ਜੀ, ਠੀਕ ਆ ਜੀ। ਬਹੁਤ ਬਹੁਤ ਧੰਨਵਾਦ ਸਾਡੇ NRI ਵੀਰਾਂ ਦਾ, ਸ਼ਿੰਦਰ ਧਾਲੀਵਾਲ ਸਾਡੇ ਕੈਨੇਡਾ ਤੇ ਡੈਂਪੀ ਅਮੈਰੀਕਾ। ਤੇ ਆਓ ਖੇਡ ਮੈਦਾਨ 'ਚ ਜਮਸ਼ੇਰ ਪਿੰਡ ਦਾ ਜੰਪਲ, ਇਹ ਹੈ ਗੁਰਜੀਤ ਸਿੰਘ ਜਿਹਨੂੰ ਪਿਆਰ ਦੇ ਨਾਲ ਗੋਗੋ ਆਖਦੇ ਨੇ। ਲਓ ਇੱਕ ਕਹਿੰਦੇ ਵੀ ਕਬੱਡੀ ਦਾ ਟਾਈਗਰ ਰੌੜਕੀ ਵਾਲਾ ਗੋਗੋ ਜਿਹਨੂੰ ਟਾਈਗਰ ਦਾ ਖਿਤਾਬ ਮਿਲਿਆ, ਤੇ ਆਹ ਖਿਡਾਰੀ ਨੂੰ ਵੀ ਜਿਹੜੇ ਖਿਤਾਬ ਮਿਲਣੇ ਨੇ, ਇਹ ਵੀ ਤੇਜ਼ ਹੈ, ਫਰਤੀਲਾ, ਜਸੀਲਾ, ਇਹ ਜਮਸ਼ੇਰੀਆ ਗੋਗੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੰਬਰ ਜੋੜਦਾ। ਤੇ ਆ ਵੀ ਮਹਿਮ ਕਰ ਗੱਲ ਇਹਨਾਂ ਖਿਡਾਰੀਆਂ ਦੀ ਮਾਈਕ ਤੇ, ਅਗਲੀ ਗੱਲ ਹਰਵਿੰਦਰ ਮਹਿਮ ਜੀ। ਥੈਂਕ ਯੂ ਰਾਜਨ ਵੀਰਾ। ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜਿਹੜਾ ਮੈਚ ਮੇਰੀ ਵੀਰੋ ਖੇਡਿਆ ਜਾ ਰਿਹਾ, ਇੱਕ ਸਾਈਡ ਜਿਹੜੀ ਟੀਮ ਹੈ ਇਹ ਤੁਹਾਡੇ ਆਪਣੇ ਨਗਰ ਦੀ ਟੀਮ ਹੈ, ਦੂਜੀ ਸਾਈਡ ਭਾਦਸੋਂ ਜ਼ਿਲ੍ਹੇ ਪਟਿਆਲੇ ਦੀ ਟੀਮ ਹੈ ਮੇਰੇ ਵੀਰੋ। ਆਹ ਮੁੰਡਾ ਜਿੱਥੇ ਕਹਿੰਦੇ ਵੀ ਕਬੱਡੀ ਦੀ ਨਰਸਰੀ ਹੈ, ਖੀਰਾ ਵਾਲੀ ਆ ਮੇਰੇ ਵੀਰੋ ਸ਼ਾਮੀ ਆ ਇਸ ਵੇਲੇ ਖੇਡ ਮੈਦਾਨ ਵਿੱਚ, ਤਾਰੀ ਨੂੰ ਦੁਨੀਆ ਜਾਣਦੀ ਹੈ, ਅੜਕਾ ਸਿੰਘ ਭੱਜੀ ਦੀ ਕਬੱਡੀ ਦਾ ਵਾਰਸ ਹੈ ਮੇਰੇ ਵੀਰੋ, ਇਹ ਸ਼ਾਮੀ ਆ ਇਸ ਵੇਲੇ ਖੇਡ ਮੈਦਾਨ 'ਚ ਕਬੱਡੀ ਪਾ ਰਿਹਾ। ਲਓ ਸ਼ਾਮੀ ਖੀਰਾ ਵਾਲੀ ਆ, ਲਓ ਪੁਆਇੰਟ ਜੋੜਦਾ ਹੋਇਆ ਹੈ ਬਜੂਹਿਆਂ ਦੀ ਟੀਮ ਦੇ ਵਾਸਤੇ। ਮਾਲਵਾ TV ਵਾਲਿਆਂ ਦਾ ਵੀ ਧੰਨਵਾਦ ਹੈ, ਲਾਈਵ ਇਸ ਵੇਲੇ ਦੁਨੀਆ ਭਰ ਦੇ ਵਿੱਚ ਦਿਖਾਇਆ ਜਾ ਰਿਹਾ। ਲਓ ਸਾਹਮਣੇ ਭਾਦਸੋਂ ਵਾਲੇ ਦੀ ਕਬੱਡੀ ਹੈ, ਇੱਕ ਸਾੜਾ ਮਰਜੀਤ ਲੰਬੜ ਦਾ ਵੀਰ ਸਤਿਕਾਰ ਹੈ, ਪਰਲੀ ਸਾਈਡ ਜੋਗਿੰਦਰ ਸਿੰਘ ਦਾ ਪੁੱਤਰ ਹੈ ਮੇਰੇ ਵੀਰੋ, ਉਰਲੀ ਸਾਈਡ ਲੱਕੀ ਥਾਪੜ ਕੇ ਹੈ, ਆਹ ਸਾਬੂ ਸੁਨੜਾ ਦਾ ਮੇਰੇ ਵੀਰੋ, ਕਾਲੇ ਸੰਘਿਆ ਏਰੀਆ ਜ਼ਿਲ੍ਹਾ ਕਪੂਰਥਲਾ ਇਸ ਨੌਜਵਾਨ ਦਾ ਹੈ। ਲਓ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਲਈ, ਹਾਂਜੀ ਵੀਰ ਜੀ, ਡਾਕਟਰ ਨਾਮ ਸਿੰਘ ਜੀ, ਆਪਾਂ ਮੁੰਡੇ ਨੇ ਹਲਵਾਈ ਦਾ ਮਾੜਾ ਜਿਹਾ ਮਾਨ ਸਨਮਾਨ ਕੇ, ਆਹ ਕਮੇਟੀ ਵਾਲੇ ਸਾਰੇ ਆ ਜਾਓ ਮਾੜਾ ਜਿਹਾ, ਪਾਲ ਭਾਜੀ ਆਇਓ ਮਾੜਾ ਜਿਹਾ ਜੀ, ਇੱਕ ਮਾਨ ਸਨਮਾਨ ਦੇਣਾ ਮੁੰਡਾ ਆਪਣਾ, ਹਲਵਾਈ ਲੰਗਰ ਵਧੀਆ ਤਿਆਰ ਕੀਤਾ, ਆ ਜਾਓ ਜੀ, ਆ ਜਾਓ ਰਾਜ ਭਾਜੀ, ਜੋਗੀ ਅੰਕਲ ਜੀ ਆ ਜਾਓ, ਆਓ ਸਾਰੇ ਜਾਣੇ ਜੀ, ਭੋਲੇ ਭਾ ਆ ਜਾਓ ਅੰਕਲ, ਆ ਜਾਓ ਬਲਵੰਤ ਭਾਜੀ, ਆ ਜਾਓ ਸੁਰਿੰਦਰ ਭਾਜੀ, ਆ ਜਾਓ ਅੰਕਲ ਜੀ, ਆ ਜਾਓ ਸਾਰੇ, ਆਹ ਭਈਆ ਡਾਕਟਰ ਆ ਜਾ, ਚੌਲ ਹਰਿੰਦਰ ਬਿੱਟੂ ਜਿੰਨੇ ਆ ਜਾਓ ਯਾਰ, ਨਾਲ ਨਾਲ ਕਰੀ ਚੱਲਿਆ, ਆ ਜਾਓ ਹਲਵਾਈ, ਆ ਜਾ। ਲਓ ਉੱਧਰ ਮਾਨ ਸਨਮਾਨ ਕੀਤੇ ਜਾ ਰਿਹਾ, ਲੈ ਵੀ ਆਹ ਵੀ ਸੋਨੂੰ, ਆ ਮੇਰੇ ਵੀਰ, ਆਹ ਨੌਜਵਾਨ ਦਾ ਅੱਜ ਸੋਨੇ ਦੀ ਮੁੰਦਰੀ ਦੇ ਨਾਲ ਇੱਕ ਫਤਿਹ ਸਾਂਝੀ ਕਰ ਵੀ ਸੋਨੂੰ ਵੀਰ, ਆਹ ਨੌਜਵਾਨ ਸੋਨੂੰ ਹੈ ਮੇਰੇ ਵੀਰੋ, ਅਮਰਜੀਤ ਲੰਬੜ ਵੱਲੋਂ, ਬੜੇ ਪੀੜੀਆ ਬੁਲਟ ਵੱਲੋਂ ਤੇ ਲਾਲੀ UK ਵੱਲੋਂ ਸੋਨੂੰ ਦਾ ਅੱਜ ਸਨਮਾਨ ਕੀਤਾ ਜਾਣਾ ਮੇਰੇ ਵੀਰੋ, ਸੋਨੇ ਦੀ ਮੁੰਦਰੀ ਦੇ ਨਾਲ
ਇਹ ਮਾਣ ਹੈ, ਇਹ ਸਨਮਾਨ ਹੈ। ਲੈ ਵੀ ਸੋਨੂੰ ਅੱਜ ਤੇਰਾ ਵੀ ਸਨਮਾਨ ਹੈ ਇਸ ਨੌਜਵਾਨ ਦਾ। ਬੜੇ ਪਿੜੀਆ ਬੁਲਟ ਵੱਲੋਂ, ਅਮਰਜੀਤ ਲੰਬੜ ਵੱਲੋਂ ਹੈ, ਲਾਲੀ ਯੂਕੇ ਵੱਲੋਂ ਇਸ ਨੌਜਵਾਨ ਦਾ ਸਨਮਾਨਦਾਨ ਕੀਤਾ ਜਾਣਾ ਹੈ ਅੱਜ ਸੋਨੇ ਦੀ ਮੁੰਦਰੀ ਦੇ ਨਾਲ। ਹੈਲੋ, ਹਾਂਜੀ ਨੀਲੇ ਵੀ ਜੀ, ਮੱਖਣ ਸਿੰਘ ਰਾਓ ਵਾਲੀਆ ਸਾਡਾ ਵੀਰ ਮੱਖਣ ਸਿੰਘ, ਵਿਸ਼ੇਸ਼ ਸਨਮਾਨ ਹੈ ਉਹਨਾਂ ਦਾ ਜਿਨ੍ਹਾਂ ਨੇ ਯੋਗਦਾਨ ਪਾਇਆ। ਜੀਤ ਸਿੰਘ ਸਨ ਆਫ ਕਰਨੈਲ ਸਿੰਘ, ਗੁਰਮੇਲ ਸਿੰਘ ਜੌਹਰ, ਗੁਰਮੇਲ ਸਿੰਘ ਸਰਪੰਚ ਮੌਜੂਦਾ ਜੀ, ਰਾਜਨ ਅਗਲੀ ਲਿਸਟ ਪਹੁੰਚਾਈ ਵੀਰ, ਜੋ ਮੈਚਾਂ ਦੀ ਲਿਸਟ। ਸ਼ਿੰਦਰ ਸਿੰਘ ਸ਼ੇਰਗਿੱਲ ਜੀ, ਅਮਰਜੀਤ ਸਿੰਘ ਤੂਰ, ਸੁਰਿੰਦਰ ਸਿੰਘ ਜੌਹਰ, ਹੈਪੀ ਪੱਠੇ ਵਾਲਾ, ਸੁਰਿੰਦਰ ਸਿੰਘ ਜੌਹਰ ਮਾਲੂਪੁਰ ਤੇ। ਸੁਰਖਪੁਰ ਸੁਰਿੰਦਰਪਾਲ ਸਿੰਘ ਨਾਲ ਬਿੰਦੇ ਕਾਂਤੂ ਨੂੰ ਜਾਦੋ ਸਾਨੂੰ ਯਾਰ ਲਿਸਟ। ਸੁਰਿੰਦਰ ਸਿੰਘ ਜੌਹਰ ਨਾਲ ਸਾਬਕਾ ਸਰਪੰਚ, ਉਹਦਾ ਲੜਕਾ ਇੱਥੇ ਆਇਆ ਸੀਗਾ ਅੱਗੇ, ਪਤਵਿੰਦਰ ਸਿੰਘ ਜੌਹਲ, ਸੱਤੂ ਨੰਗਲ ਅੰਮ੍ਰਿਤਸਰ, ਠੀਕ ਆ, ਤੇ ਮਾਲੂਪੁਰ ਦਾ ਕਰਨੈਲ ਦਾ ਸਾਬਕਾ ਸਰਪੰਚ। ਨੀਲੇ ਵੀ ਇੱਕੋ ਮਿੰਟ 'ਚ ਆਪਾਂ ਟੀਮਾਂ ਹੀ ਸੱਦਣੀ ਬਸ, ਨੀਲੇ ਵੀ ਦੇਖੋ, ਸੱਤੂ ਨੰਗਲ ਤੇ ਮਾਲੂਪੁਰ ਜਲਦੀ ਆ ਜਾਓ ਟੀਮਾਂ, ਮੈਚ ਸਮਾਪਤ ਹੋਣ ਲੱਗਾ, ਜਲਦੀ ਆ ਜਾਓ ਸੱਤੂ ਨੰਗਲ ਤੇ ਮਾਲੂਪੁਰ। ਹਾਂਜੀ ਨੀਲੇ ਵੀਰ ਜੀ, ਹੁਣ ਮੈਂ ਤੁਹਾਡੇ ਕੋਲ ਆ। ਹਾਂਜੀ ਨੀਲੇ ਵੀਰ, ਕਲਵਿੰਦਰ ਯੂਐਸਏ ਵਾਲਿਆਂ ਵੱਲੋਂ ਜਿਹੜਾ ਵੀ ਜਮਸ਼ੇਰੀਆ ਜੱਫਾ ਲਵੇਗਾ 200 ਰੁਪਇਆ ਜੱਫੇ ਦਾ ਹੋਵੇਗਾ। ਗੋਗੋ ਤੇ ਵੀ ਲੱਗ ਗਿਆ 200 ਰੁਪਇਆ ਜਮਸ਼ੀਰੀਏ ਕੁਲਵਿੰਦਰ ਵੱਲੋਂ, ਜਿੰਨੇ ਵੀ ਜਮਸ਼ੀਰੀਏ ਖੇਡਦੇ ਆ ਜਿੰਨੇ ਪੁਆਇੰਟ ਹਾਸਲ ਕਰਨਗੇ ਯਾਰ ਪੁਆਇੰਟ ਦਾ 200 ਰੁਪਇਆ। ਅਵਤਾਰ ਸਿੰਘ ਸ਼ੇਰਗਿੱਲ, ਜੀਨਾ ਪੱਟੀ, ਜੀਨੇ ਆਈ ਮੜ ਜਾ, ਜੀਨੇ ਆ ਮੜ ਜਾ, ਕੋਈ ਆ ਜਾ ਇੱਕ ਜਣਾ। ਗੁਰਮੁਖ ਸਿੰਘ ਤੂਰ, ਹਰਜੀਤ ਪੱਟੀ, ਜੀਤਾ ਜੀਤੇ ਆ ਜਾ, ਨੀਲੇ ਵੀਰ ਜੀ ਜਦੋਂ ਮੈਂ ਕਿਹਾ ਇੱਧਰੋਂ ਫ੍ਰੀ ਹੋ ਜਾਵੇ ਨੀਲੇ ਵੀਰ ਸਾਨੂੰ ਦੱਸ ਦਿਓ, ਫ੍ਰੀ ਹੈ ਜੀ, ਠੀਕ ਹੈ ਜੀ, ਚਲੋ ਗੁੱਗੂ ਪਾਓ ਸੋਹਣੇ ਕਬੱਡੀ। ਕਹਿੰਦਾ ਵੀ ਕੁਲਵਿੰਦਰ ਯੂਐਸਏ ਵਾਲੇ ਜਮਸ਼ੇਰ ਵਾਲਿਆਂ ਵੱਲੋਂ 200 ਰੁਪਈਆ ਹਰ ਰੇਟ ਦਾ ਇਸ ਮੁੰਡੇ ਦਾ, ਇਹ ਜਿਹੜਾ ਨੌਜਵਾਨ ਗੁੱਗੂ ਹੈ ਜਮਸ਼ੇਰ ਜੀ ਆ ਮੇਰੇ ਵੀਰੋ, ਜਿੱਥੇ ਕੁਲਵਿੰਦਰ ਯੂਐਸਏ ਵਾਲੇ ਨੇ ਆ ਜੋ ਨੌਜਵਾਨ ਕੀਤੂ ਆ ਇੱਧਰਲੀ ਸਾਈਡ ਮੈਂ ਵੇਖਦਾ, ਠੀਕ ਆ ਵੀ ਜੀ। ਇਸ ਨੌਜਵਾਨ ਦਾ ਵੀ 11,000 ਦੇ ਨਾਲ ਸਨਮਾਨ ਹੋਈ ਜਮਸ਼ੇਰ ਦੇ ਖੇਡ ਮੇਲੇ ਵਿੱਚ, ਉੱਥੇ ਗੁੱਗੂ ਵਾਸਤੇ ਵੀ ਅਤੇ ਕੀਤੂ ਦੇ ਵਾਸਤੇ ਵੀ, ਜਮਸ਼ੇਰ ਜਾਂ ਕੋਈ ਵੀ ਜੱਫਾ ਲਾਵੇ ਅਤੇ ਪਿੰਦੂ ਦੇ ਵਾਸਤੇ ਵੀ 200 ਰੁਪਈਆ ਹਰ ਪੁਆਇੰਟ ਦਾ ਮੇਰੇ ਵੀਰੋ। ਲਓ ਧੰਨਵਾਦ ਆ ਮਾਣਯੋਗ ਸਤਿਕਾਰਯੋਗ ਸਾਰੇ ਵੀਰਾਂ ਦਾ, ਲਓ ਸਾਬੂ ਉਹ ਆਓ ਸਾਬੂ, ਪਰ ਡਬਲ ਟੱਚ ਦਾ ਇਸ਼ਾਰਾ ਹੋਇਆ ਕਿ ਜੋ ਅੰਕ ਹੈ ਇਸ ਨੌਜਵਾਨ ਨੇ ਜੋੜ ਲਿਆ ਆਪਣੀ ਟੀਮ ਦੇ ਹਿੱਸੇ। ਚੱਲ ਗੁੱਗੂ ਕੁਲਵਿੰਦਰ ਸਿੰਘ ਯੂਐਸਏ ਵਾਲੇ 200 ਰੁਪਈਆ ਕਹਿੰਦੇ ਵੀ ਜਿੰਨੇ ਜਮਸ਼ੀਰ ਜੀ ਖੇਡਦੇ ਆ ਬਜੂਏ ਦੀ ਟੀਮ ਦੇ ਵਿੱਚ, ਸੋ ਕਹਿੰਦੇ ਵੀ ਹਰ ਰੇਟ ਦਾ ਹਰ ਜੱਫੇ ਦਾ 200 ਜਮ੍ਹਾਂ ਕਰੀ ਚੱਲੀ। ਲਓ ਇਸ ਵੇਲੇ ਗੁੱਗੂ ਦੀ ਪਾਈ ਹੋਈ ਕਬੱਡੀ ਮੇਰੇ ਵੀਰੋ, ਖੇਡ ਮੈਦਾਨ ਦੇ ਵਿੱਚ ਜਮਸ਼ੇਰੀਆ ਗੁੱਗੂ ਇਸ ਵੇਲੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਕਿ ਰੱਬਾ ਭਗਤ ਤੇ ਸੂਰਮੇ ਹੋਣ ਪੈਦਾ, ਪੀੜ ਪਵੇ ਜਦ ਕੌਮ ਤੇ ਆਣ ਲੋਕੋ, ਜ਼ਾਲਮ ਜ਼ੁਲਮ ਦਾ ਕਰਨ ਮੁਕਾਬਲਾ, ਵਾਰ ਨਾ ਹੱਸ ਕੇ ਕੌਮ ਤੋਂ ਜਾਣ ਲੋਕੋ। ਮਾਲੂਪੁਰ ਤੇ ਸੱਤੂ ਨੰਗਲ ਚੱਲਦੇ ਮੈਚ ਵਿੱਚ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜ ਜਾਣੀਆਂ ਚਾਹੀਦੀਆਂ,
ਚੱਲਦੇ ਮੈਚ ਵਿੱਚ ਟੀਮਾਂ ਖੇਡ ਮੈਦਾਨ 'ਚ ਪੁੱਜਣੀਆਂ ਚਾਹੀਦੀਆਂ। ਵੀਰ ਜੀ ਬੈਠ ਜਾਓ, ਕੀਤੂ ਪਲੇਅਰਾਂ ਨੂੰ ਬਿਠਾ ਲਓ ਥੋੜ੍ਹਾ ਜਿਹਾ। ਵੀਰ ਜੀ ਪਿਆਰੇ ਪਿਆਰੇ ਬੈਠ ਜਾਓ, ਵੀਰ ਜੀ ਬੈਠ ਜਾਓ। ਵੀਰ ਜੀ ਇੱਧਰ ਬਹੁਤ ਰਸ਼ ਪੈ ਗਿਆ। ਬਾਜਵਾਂ ਕਲਾਂ ਦੇ ਨਰਿਆਲਾ, ਸੁਰਖਪੁਰ ਅਤੇ ਗਾਂਧਰਾਂ ਆ ਜਾਓ ਜੀ। ਮਾਲੂਪੁਰ ਦੇ ਮੈਚ ਤੋਂ ਬਾਅਦ ਜਿਹੜੇ ਮੈਚ ਚੁਣੇ ਆ, ਬਾਜਵਾਂ ਕਲਾਂ ਅਤੇ ਨਰਿਆਲਾ, ਸੁਰਖਪੁਰ ਅਤੇ ਗਾਂਧਰਾਂ, ਸੰਤੂ ਨੰਗਲ ਅਤੇ ਮਾਲੂਪੁਰ ਤੋਂ ਬਾਅਦ ਜਿਹੜਾ ਅਗਲਾ ਮੈਚ, ਬਾਜਵਾਂ ਕਲਾਂ ਅਤੇ ਨਰਿਆਲਾ, ਸੁਰਖਪੁਰ ਅਤੇ ਗਾਂਧਰਾਂ ਟੀਮਾਂ ਬਾਜਵਾਂ ਕਲਾਂ ਅਤੇ ਨਰਿਆਲਾ ਆ ਜਾਣ ਜੀ। ਬਾਜਵਾਂ ਕਲਾਂ ਅਤੇ ਨਰਿਆਲਾ, ਉਸ ਤੋਂ ਬਾਅਦ ਸੁਰਖਪੁਰ ਅਤੇ ਗਾਂਧਰਾ। ਲਓ ਇਹ ਵੀ ਮੈਚ ਤਕੜੇ ਮੈਚ ਹੋਣੇ ਆ, ਜਿਹੜੇ ਦੋ ਮੈਚ ਆ ਇਹ ਵੀ ਤਕੜੇ ਹੋਣੇ ਆ। ਲਓ ਇਸ ਵੇਲੇ ਖੇਡ ਮੈਦਾਨ ਵਿੱਚ ਬੈਠ ਜਾਓ ਵੀਰ ਜੀ, ਰਸ਼ ਬਹੁਤ ਪੈ ਗਿਆ ਇੱਧਰਲੀ ਸਾਈਡ, ਬੈਠ ਜਾਓ ਨੀਨੇ, ਬੈਠ ਜਾਓ ਵੀਰ ਜੀ, ਬਿਠਾ ਲਓ ਅਲੀ, ਬੈਠ ਜਾਓ, ਬੈਠ ਜਾਓ ਸੋਨੂੰ ਵੀਰ ਜੀ, ਬਿੰਦੂ ਬੈਠ ਜੀ, ਬੈਠ ਜਾਓ ਇੱਧਰ। ਦਰਸ਼ਕ ਵੀਰ ਆ, ਪਿੱਛੇ ਬੜੀ ਪ੍ਰੋਬਲਮ ਆ ਰਹੀ ਆ ਵੀਰ ਜੀ, ਬੈਠ ਜਾਓ। ਲਓ ਕਬੱਡੀ ਸੰਧੂ ਚੱਠੇ ਵਾਲੇ ਜੀਤੇ ਦੀ ਮੇਰੇ ਵੀਰੋ ਹੈ, ਕਹਿੰਦਾ ਮਨੀ ਸੰਧੂ ਚੱਠੇ ਦਾ ਮੇਰੇ ਵੀਰੋ ਕੈਨੇਡਾ ਯੂ ਐਸ ਏ ਦੇ ਖੇਡ ਮੈਦਾਨਾਂ ਦੇ ਵਿੱਚ ਤਕੜਾ ਖੇਡਦਾ ਹੈ। ਲਓ ਉਹਦਾ ਪਿੰਡ ਆ ਕਾਲੇ ਸੰਗਿਆਂ ਦਾ ਏਰੀਆ ਇਸ ਮੁੰਡੇ ਦਾ, ਜੀਤਾ ਸੰਧੂ ਚੱਠੇ ਵਾਲਾ। ਦਸ਼ਮੇਸ਼ ਕਲੱਬ ਨਕੋਦਰ ਦੇ ਵਿੱਚ ਵੀ ਕਬੱਡੀਆਂ ਪਾਉਂਦਾ ਰਿਹਾ ਮੁੰਡਾ। ਲਓ ਇੱਧਰ ਵਾਲੀ ਸਾਈਡ ਆ, ਉਹ ਆਓ ਜੀਤਾ ਸੰਧੂ ਚੱਠੇ ਵਾਲਾ ਅੰਕ ਪ੍ਰਾਪਤ ਕਰਦਾ ਹੋਇਆ ਆਪਣੀ ਟੀਮ ਦੇ ਲਈ। ਚੱਲ ਉਹ ਨਰਿਆਲੇ ਵਾਲਿਆ, ਜ਼ਿਲ੍ਹੇ ਪਟਿਆਲੇ ਦਾ ਮੁੰਡਾ ਮੇਰੀ ਵੀਰੋ, ਜਿੱਥੇ ਤੱਕ ਕਹਿੰਦੇ ਵੀ ਪ੍ਰੀਤਾ ਭਲਵਾਨ ਪ੍ਰਸਿੱਧ ਰਿਹਾ, ਇੱਕ ਬਾਂਹ ਦੇ ਨਾਲ ਹੀ ਪ੍ਰੀਤੇ ਨੇ ਕਹਿੰਦੇ ਵੀ ਕਬੱਡੀ ਖੇਡੀ ਤਕੜੀ। ਲਓ ਉਸੇ ਜ਼ਿਲ੍ਹੇ ਦਾ ਮੁੰਡਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ। ਲਓ ਉਧਰਲੀ ਸਾਈਡ ਜੱਫਾ ਲਾਉਣ ਦਾ ਪ੍ਰਯਾਸ ਹੈ ਅਤੇ ਪੁਆਇੰਟ ਜੋ ਅੰਕ ਹੈ ਇਹ ਹੁਣ ਸਮਾਂ ਦੱਸੇਗਾ। ਲਓ ਇੱਥੇ ਹੀ ਸਮਾਂ, ਇੱਥੇ ਸਮਾਂ ਸਮਾਪਤ ਹੈ ਜੀ। ਆ ਜਾਣ ਜੀ ਟੀਮਾਂ ਜਲਦੀ ਤੋਂ ਜਲਦੀ, ਮਾਲੂਪੁਰ ਪੁੱਜ ਗਈ ਹੈ, ਆ ਗਈਆਂ ਟੀਮਾਂ ਦੋਨੇ ਆ ਗਈਆਂ, ਠੀਕ ਹੈ ਜੀ। ਆ ਜੀਨੇ ਵੀਰ, ਜੀਨੇ ਵੀਰ ਜੀ ਨੋਟ ਕਰੋ, ਪਿੰਡ ਦੀ ਟੀਮ ਜਿੱਤ ਗਈ ਹੈ ਜੀ, ਬਜੂਹਿਆਂ ਦੀ, ਬਜੂਹਿਆਂ ਦੀ ਟੀਮ ਜਿੱਤ ਗਈ ਹੈ। ਕਿ ਤਾੜੀ ਮਾਰਦਾ ਤੁਹਾਡੇ ਪਿੰਡ ਦੀ ਟੀਮ ਜਿੱਤੀ ਆ ਮੇਰੇ ਵੀਰੋ। ਸੱਤੂ ਨੰਗਲ ਦੇ ਕੋਸਾ ਵਾਲੇ ਮਿਲਾ ਦਾ ਪਲੇਅਰ ਘੱਟ ਆ ਗਿਆ ਜੀ, ਜੱਗੇ ਆ ਗਿਆ ਪਲੇਅਰ, ਠੀਕ ਆ ਵੀ ਜੀ। ਲਿਆਓ ਮਾਰੋ ਬਿਸਲ ਜੀ, ਕੋਸਾ ਮਾਰੋ ਬਿਸਲ। ਠੀਕ ਆ ਜੀ, ਅਗਲਾ ਬਾਜਵਾਂ ਕਲਾਂ ਅਤੇ ਨਰਿਆਲਾ ਆ ਜਾਣ ਜੀ। ਬਾਜਵਾਂ ਕਲਾਂ ਅਤੇ ਨਰਿਆਲਾ, ਬਾਜਵਾਂ ਕਲਾਂ ਅਤੇ ਨਰਿਆਲਾ, ਸੁਰਖਪੁਰ ਅਤੇ ਗਾਂਧਰਾਂ ਜਲਦੀ ਆ ਜਾਣ ਜੀ। ਸੁਰਖਪੁਰ ਅਤੇ ਗਾਂਧਰਾਂ ਜਲਦੀ ਆ ਜਾਣ, ਬਾਜਵਾਂ ਕਲਾਂ ਅਤੇ ਨਰਿਆਲਾ, ਸੁਰਖਪੁਰ ਅਤੇ ਗਾਂਧਰਾਂ ਆ ਜਾਓ ਵੀ ਬਾਜਵਾਂ ਵਾਲਿਓ। ਬਾਜਵਾਂ ਕਲਾਂ ਅਤੇ ਨਰਿਆਲੇ ਦਾ ਮੈਚ, ਆਹ ਜਿਹੜੀ ਟੀਮ ਹੈ ਸੰਤੂ ਨੰਗਲ ਟੀਮ ਹੈ, ਸੱਜੇ ਹੱਥ ਸੰਤੂ ਨੰਗਲ ਦੀ ਟੀਮ ਹੈ, ਅਤੇ ਮਾਲੂਪੁਰ ਦੀ ਜਿਹੜੀ ਟੀਮ ਆ ਸੜਕ ਵਾਲੀ ਸਾਈਡ ਮੇਰੇ ਖੱਬੇ ਹੱਥ ਮਾਲੂਪੁਰ ਦੀ ਟੀਮ ਹੈ। ਲਓ ਮਾਲੂਪੁਰ ਦੀ ਟੀਮ ਦੀ ਹਾਂਜੀ, ਮਾਲੂਪੁਰ ਇੱਧਰ ਸੜਕ ਵਾਲੀ ਸਾਈਡ। ਲਓ ਸਿਮਾ ਇਸ ਵੇਲੇ ਮਾਲੂਪੁਰੀ ਆ ਖੇਡ ਮੈਦਾਨ ਵਿੱਚ। ਲਓ ਨਿੱਕਿਆ ਸਵਾਦ ਆ ਜਾਏਗਾ ਜੇ ਮੁੰਡਾ ਟੱਕਿਆ ਗਿਆ। ਲਓ ਇੱਧਰਲੀ ਸਾਈਡ ਆ ਸਿਮਾ, ਪੁਆਇੰਟ ਜੋੜਦਾ ਹੋਈਆ ਆਪਣੀ ਟੀਮ ਦੇ ਲਈ। ਧੰਨਵਾਦ ਹੈ ਕੁਲਵਿੰਦਰ ਸਿੰਘ ਜੀ, ਜਮਸ਼ੇਰ ਪੁੱਜੇ ਹੋਏ ਆ, ਬਹੁਤ ਬਹੁਤ ਧੰਨਵਾਦ ਆ, ਮਾਣਯੋਗ ਸਤਿਕਾਰਯੋਗ ਸਾਡੇ ਵੀਰ ਕੁਲਵਿੰਦਰ ਸਿੰਘ ਜੀ ਜਮਸ਼ੇਰ। ਕੁਲਵਿੰਦਰ ਸਿੰਘ ਜੀ ਜਮਸ਼ੇਰ ਆ, ਭਰਾਵਾਂ ਵਾਲਾ ਪਿਆਰ ਹੈ, ਪਿਛਲੇ ਕਈ ਸਾਲਾਂ ਤੋਂ ਜੁੜੇ ਹੋਏ ਆ। ਲੈ ਵੀ ਗੁੱਗੂ ਤੇਰੇ ਵਾਸਤੇ 400 ਰੁਪਇਆ ਪੁੱਜ ਗਿਆ। ਕੀਤੂ ਕੀਤੂ ਨਹੀਂ, ਕਿੱਥੇ ਆ ਜਮਸ਼ੇਰੀਏ? ਕੁਲਵਿੰਦਰ ਸਿੰਘ ਜੀ ਜਮਸ਼ੇਰ ਨੇ ਪਹੁੰਚਾ ਦਿੱਤੇ ਆ ਪੈਸੇ। ਲਓ ਵੀਰ ਜੀ ਆ ਕੇ ਪ੍ਰਾਪਤ ਕਰ ਲਓ। ਕੀਤੂ ਕਿੱਥੇ ਆ, ਬਿੰਦੂ ਜਮਸ਼ੇਰੀਆ ਸੋਨੂੰ, ਲਓ ਤੁਹਾਡੇ ਵਾਸਤੇ ਮਾਇਆ ਆਈ ਹੈ ਗੁੱਗੂ। ਕੁਲਵਿੰਦਰ ਸਿੰਘ ਜੀ ਜਮਸ਼ੇਰ ਵੱਡਾ ਮਾਣ ਭੇਜਦੇ ਆ, ਧੰਨਵਾਦ ਹੈ, ਮਾਣਯੋਗ ਸਤਿਕਾਰਯੋਗ ਸਾਰੇ ਵੀਰਾਂ। ਲਓ ਗੋਭੀ ਦੀ ਕਬੱਡੀ ਆ, ਆਹ ਮੁੰਡਾ ਮੇਰੇ ਵੀਰੋ ਜ਼ਿਲ੍ਹੇ ਅੰਮ੍ਰਿਤਸਰ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ। ਲਓ ਭਾਈ ਹੋਈ ਕਬੱਡੀ, ਉੱਧਰ ਮਾਲੂਪੁਰੀਆ ਪਰ ਪੁਆਇੰਟ ਆ।
ਇਸ ਨੌਜਵਾਨ ਗੋਪੀ ਨੇ ਜੋੜ ਲਿਆ, ਚਲੋ ਦੁੱਲਿਆ ਪਾਓ ਸੁਣਿਆ ਕਬੱਡੀ, 400 ਰੁਪਈਆ ਜਮਸ਼ੇਰ ਵਾਲੇ ਲੈ ਜਾਓ ਆ ਕੇ ਮੇਰੇ ਵੀਰੋ। ਇਹ ਗੁੱਗੂ ਦਾ ਵੀ ਜੀ, ਇਹ ਕੁਲਵਿੰਦਰ ਸਿੰਘ ਜੀ USA ਵਾਲੇ ਭੇਜਦੇ ਆ, ਧੰਨਵਾਦ ਹੈ ਕੁਲਵਿੰਦਰ ਸਿੰਘ ਜੀ USA ਵਾਲੇ ਭੇਜਦੇ ਆ, ਬਹੁਤ ਬਹੁਤ ਧੰਨਵਾਦ ਆ। ਇੱਕ ਦੁੱਲਾ ਸੁਰਖਪੁਰੀਆ, ਪਹਿਲਾ ਦੁੱਲਾ ਮੁਗਲਾਂ ਨਾਲ ਟੱਕਰਾਂ ਲਾਉਣ ਵਾਲਾ ਦੁੱਲਾ, ਪੱਟੀਆਂ ਦਾ ਦੁੱਲਾ ਹੋਇਆ ਮੇਰੇ ਵੀਰੋ, ਜਿਹਨੇ ਕਹਿੰਦੇ ਵੀ ਮੁਗਲ ਫੌਜਾਂ ਦੇ ਨਾਲ ਟੱਕਰ ਲਈ ਆ। ਇੱਕ ਦੁੱਲਾ ਸੁਰਖਪੁਰੀਆ, ਇੱਕ ਦੁੱਲਾ ਫ੍ਰਿਜਨੋ ਵਾਲਾ USA ਵਾਲਾ ਦੁੱਲਾ, ਇੱਕ ਦੁੱਲਾ ਢੈਂਪੀਵਾਲ ਦਾ ਦੁੱਲਾ, ਇੱਕ ਦੁੱਲਾ ਮੇਰੇ ਵੀਰੋ ਬੱਗੇ ਪਿੰਡੀਆ ਦੁੱਲਾ, ਇੱਕ ਦੁੱਲਾ ਮੈਸਮਪੁਰੀਆ, ਇੱਕ ਦੁੱਲਾ ਸਵਰਾਵਾਂ ਵਾਲਾ, ਇੱਕ ਦੁੱਲਾ ਥਾਬਲਕੇ ਦਾ। ਇਹ ਦੁੱਲੇ ਵੀ ਕਬੱਡੀ ਵਿੱਚ ਕੁਲਵਿੰਦਰ ਸਿੰਘ ਜੀ ਬੜੇ ਮਸ਼ਹੂਰ ਹੈ, ਇਹ 8-10 ਦੁੱਲੇ ਹੈ ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆ। ਭਾਈ ਹੋਈ ਸਿੰਘ ਸਰਦਾਰ ਜੱਗੇ ਦੀ ਕਬੱਡੀ ਆ, ਲਓ ਜੱਗਾ ਇਸ ਵੇਲੇ ਆਓ ਸੁਣਿਆ, ਇੱਕ ਧਾੜੀ ਮਾਰਦਾ ਮੁੰਡੇ ਲਈ ਕਿਆ ਕੱਟਵੀ ਜੀ ਮੇਰੇ ਵੀਰੋ, ਲਓ ਮੁੰਡਿਆਂ ਦਾ ਜ਼ੋਰ ਲੱਗਾ ਹੋਇਆ ਖੇਡ ਮੈਦਾਨ ਦੇ ਵਿੱਚ ਆ। ਚਲੋ ਸਿਮਿਆ ਪਾਓ ਸ਼ੀਰਾ ਕਬੱਡੀ, ਲਓ ਸਿਮਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆ। ਕਿ ਖੇਡ ਦੇ ਮੈਦਾਨਾਂ ਵਿੱਚ ਜਾਂਦਾ ਬੁੱਕਦਾ, ਬਾਜ਼ ਵਾਂਗੂ ਜਦੋਂ ਇਹ ਉਡਾਰੀ ਚੁੱਕਦਾ, ਬਈ ਬਾਜ਼ ਵਾਂਗੂ ਜਦੋਂ ਇਹ ਉਡਾਰੀ ਚੁੱਕਦਾ। ਟੀਮਾਂ ਆ ਰਹੀਆਂ ਜੀ ਬਾਜਵਾਂ, ਜਲਦੀ ਤੋਂ ਜਲਦੀ ਟੀਮਾਂ ਖੇਡ ਮੈਦਾਨ ਦੇ ਵਿੱਚ ਪ੍ਰਵੇਸ਼ ਕਰ ਜਾਣ ਜੀ। ਅਗਲੀਆਂ ਜਿਹੜੀਆਂ ਟੀਮਾਂ ਬਾਜਵਾਂ ਤੇ ਨਰਿਆਲਾ, ਸੁਰਖਪੁਰ ਤੇ ਗਾਂਦਰਾ, ਬਾਜਵਾਂ ਤੇ ਨਰਿਆਲਾ ਜਲਦੀ ਆ ਜਾਣ ਜੀ ਟੀਮਾਂ, ਬਾਜਵਾਂ ਤੇ ਨਰਿਆਲਾ। ਚਲੋ ਗੋਪੀ ਪਾਓ ਸ਼ੇਰਾ ਕਬੱਡੀ, ਲਓ ਗੋਪੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ। ਇਹ ਗੋਪੀ ਆ ਮੇਲ ਸਿੰਘ ਟੁੱਟ ਵੀ ਸਾਡੇ ਵਿੱਚ ਆਇਆ, ਸਮਾਜ ਸੇਵਾ ਦੇ ਬਹੁਤ ਵਧੀਆ ਟੂਰਨਾਮੈਂਟ ਕਰਾਉਣ ਵਾਲੇ ਸਾਡੇ ਹਰਭਜਨ ਸਿੰਘ ਭੱਜੀ ਵੀ ਸਾਡੇ ਕੋਲ, ਨਰਿਆਲਾ ਬਾਜਵਾਂ ਕਲਾ ਤੇ ਨਰਿਆਲਾ, ਬਾਜਵਾਂ ਕਲਾ ਤੇ ਨਰਿਆਲਾ ਆ ਜਾਓ ਜੀ, ਬਾਜਵਾਂ ਕਲਾ ਤੇ ਨਰਿਆਲਾ ਜਲਦੀ ਆਓ ਟੀਮਾਂ ਖੇਡ ਮੈਦਾਨ ਦੇ ਵਿੱਚ। ਲਓ ਲਾਸਟ ਪਲਾਂ ਦੇ ਵਿੱਚ ਮੈਚ ਆ, ਖੇਡ ਮੈਦਾਨ ਦੇ ਵਿੱਚੋਂ ਖੇਡਿਆ ਜਾ ਰਿਹਾ। ਲਓ ਕਿਸੇ ਟਾਈਮ ਸਾਬਣ ਸਾਬਣਦਾਨੀਆਂ ਜੱਗ ਮਿਲਦੇ ਸੀ ਮੇਰੇ ਵੀਰੋ, ਥਰਮੋਸ਼ ਬੋਤਲਾਂ ਮਿਲਦੀਆਂ ਸੀ, ਟੀ ਸ਼ਰਟਾਂ ਬਣੈਣਾ ਮਿਲਦੀਆਂ ਸੀ, ਅੱਜ ਕਹਿੰਦੇ ਵੀ ਬੁਲਟ ਮਿਲਦੇ ਆ, ਅੱਜ ਜੀਪਾਂ ਮਿਲਦੀਆਂ, ਅੱਜ ਟਰੈਕਟਰ ਮਿਲਦੇ ਆ, ਅੱਜ 68-11 ਟਰੈਕਟਰ ਮਿਲਦੇ ਆ। ਅੱਜ ਮੇਰੇ ਵੀਰੋ ਇਹ ਸਮਾਂ ਖੇਡ ਕਬੱਡੀ ਕੰਬਾਈਨਾਂ ਦੀ ਖੇਡ ਬਣ ਗਈ ਆ ਮੇਰੇ ਵੀਰੋ। ਲਓ ਅੱਜ ਇਹ ਖੇਡ ਕਬੱਡੀ ਟਰੈਕਟਰਾਂ ਦੀ ਖੇਡ ਆ, ਫੋਰਚੂਨਰ ਗੱਡੀਆਂ ਮਿਲਦੀਆਂ, BMW ਗੱਡੀਆਂ ਮਿਲਦੀਆਂ ਮੇਰੇ ਵੀਰੋ। ਲਓ ਇਸ ਵੇਲੇ ਖੇਡ ਮੈਦਾਨ ਵਿੱਚ ਆ, ਚਲੋ ਚੱਕਿਆ ਪਾਓ ਸ਼ੇਰਾ ਕਬੱਡੀ, ਮੁੰਡਾ ਗੁਰੂ ਕੀ ਨਗਰੀ ਜ਼ਿਲ੍ਹੇ ਅੰਮ੍ਰਿਤਸਰ ਦਾ ਮੇਰੇ ਵੀਰੋ, ਬਹੁਤ ਬਹੁਤ ਧੰਨਵਾਦ ਹੈ ਜੀ ਕੁਲਵਿੰਦਰ ਸਿੰਘ ਜੀ ਜਮਸ਼ੇਰ। ਅਕਸਰ ਹੀ ਜਦੋਂ ਆਉਂਦੇ ਆ ਵੱਡੇ ਮਾਣ ਕਰਦੇ ਆ ਪੰਜਾਬੀ ਬੋਲਾਂ ਦੀ, 1000 ਰੁਪਈਆ ਵੱਡਾ ਮਾਣ ਭੇਜਦੇ ਆ, ਧੰਨਵਾਦ ਹੈ ਕੁਲਵਿੰਦਰ ਸਿੰਘ ਜੀ ਜਮਸ਼ੇਰ ਵਾਲੇ, 1000 ਰੁਪਈਆ ਪੰਜਾਬੀ ਬੋਲਾਂ ਦਾ ਭੇਜਦੇ ਆ, ਧੰਨਵਾਦ ਹੈ ਕੁਲਵਿੰਦਰ ਸਿੰਘ ਜੀ ਜਮਸ਼ੇਰ ਆ। ਅਕਸਰ ਹੀ ਜਦੋਂ ਕਿਤੇ ਖੇਡ ਮੇਲਾ ਹੋਵੇ ਇਸ ਏਰੀਏ ਦੇ ਵਿੱਚ ਆ, ਇਸ ਇਲਾਕੇ ਵਿੱਚ ਦਾ ਵੱਡਾ ਮਾਣ ਭੇਜਦੇ ਆ, ਪਲੇਅਰਾਂ ਦਾ ਮਾਣ ਕਰਦੇ ਆ। ਲਓ ਦੁੱਲਾ ਇਸ ਵੇਲੇ ਕਬੱਡੀ ਆ ਗਈਆਂ ਟੀਮਾਂ ਜੀ ਦੋਨੋਂ, ਸੁਰਖਪੁਰ ਤੇ ਗਾਂਦਰਾ ਦਾ ਉਸ ਤੋਂ ਅਗਲਾ ਮੈਚ ਹੋਣਾ ਜੀ, ਬਾਜਵਾਂ ਤੇ ਨਰਿਆਲੀ ਤੋਂ ਬਾਅਦ ਸੁਰਖਪੁਰ ਤੇ ਗਾਂਦਰਾ, ਤਿਆਰ ਰਹਿਣ ਜੀ। ਲਓ ਧੰਨਵਾਦ ਆ ਦੁੱਲੇ ਦੀ ਕਬੱਡੀ ਤੇ ਡਾਕਟਰ, ਇਹ ਅੰਮ੍ਰਿਤਸਰੀਆ ਡਾਕਟਰ ਹੈ ਮੇਰੇ ਵੀਰੋ, ਪਰ ਪੁਆਇੰਟ ਆ ਇਹ ਜੋ ਅੰਕ ਆ ਇਹ ਦੁੱਲੇ ਨੇ ਜੋੜ ਲਿਆ ਆਪਣੀ ਟੀਮ ਦੇ ਵਾਸਤੇ। ਚਲੋ ਸੰਦੀਪ ਆ ਪਾਓ ਸੋਹਣਿਆ ਕਬੱਡੀ, ਲਓ ਸੰਦੀਪ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਲਓ ਭਾਈ ਹੋਈ ਕਬੱਡੀ ਤੇ ਕਿਹੜਾ ਖਿਡਾਰੀ ਡੱਕਦਾ ਮਾਲੂਪੁਰੀਆ, ਇਹ ਹੁਣ ਸਮਾਂ ਦੱਸੇਗਾ। ਲਓ ਮੁੰਡੇ ਨੇ ਹਮਲਾ ਕਰ ਦਿੱਤਾ, ਧਾਵਾ ਬੋਲ ਦਿੱਤਾ, ਲਓ ਕੀਤਾ ਹੋਇਆ ਹਮਲਾ, ਲਓ ਹਮਲੇ ਨੂੰ ਡੱਕਣ ਦਾ ਮੁੰਡਾ ਪ੍ਰਯਾਸ ਕਰ ਰਿਹਾ। ਲਓ ਇਧਰਲੀ ਸਾਈਡ ਦੇਖਾਂਗੇ ਵੀ ਜੇ ਪੁਆਇੰਟ ਹੈ ਇਹ ਟੀਮ ਕਿਸ ਟੀਮ ਦੇ ਹਿੱਸੇ ਜੁੜਦਾ। ਮੈਨੂੰ ਲੱਗਦਾ ਵੀ ਪੁਆਇੰਟ, ਵਾਓ ਸੁਣਿਆ ਢਾ ਮਾਰਨ ਦੀ ਕੋਸ਼ਿਸ਼ ਆ, ਧੋਬੀ ਪਟਕਾ ਲਾਉਣ ਦੀ ਕੋਸ਼ਿਸ਼ ਕੀਤੀ, ਤਾੜੀ ਮਾਰ ਦਿਓ ਖਿੱਚ ਕੇ ਇੱਕ ਵਾਰੀ ਸਜਾ ਪੀ ਲਈ, ਵਾਓ ਸੁਣਿਆ ਵਾਓ ਮੱਲਾ। ਲਓ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ, ਬਹੁਤ ਬਹੁਤ ਧੰਨਵਾਦ ਆ। ਚਲੋ ਸਿਮਿਆ ਸੁਰਖਪੁਰ ਤੇ ਗਾਂਦਰਾ ਵੀ ਆ ਜਾਣ ਵੀਰ ਜੀ, ਇੱਕ ਮੈਚ ਹੈ ਉਸ ਤੋਂ ਬਾਅਦ ਸੁਰਖਪੁਰ ਤੇ ਗਾਂਦਰਾ ਦਾ ਮੈਚ ਹੋਣਾ। ਲਓ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜੋ ਮੈਚ ਖੇਡੇ ਜਾ ਰਿਹਾ, ਲਓ ਉਧਰਲੀ ਸਾਈਡ ਨਿੱਕੂ ਹੈ ਮੇਰੇ ਵੀਰੋ, ਇਹ ਅੰਮ੍ਰਿਤਸਰੀਆ ਨਿੱਕੂ ਹੈ, ਪਰ ਪੁਆਇੰਟ ਸਿੰਮੀ ਨੇ ਜੋੜ ਲਿਆ ਆਪਣੀ ਟੀਮ ਦੇ ਹਿੱਸੇ ਦੇ ਵਾਸਤੇ, ਸਿੰਮੀ ਨੇ ਜੋੜ ਲਿਆ। ਚਲੋ ਚੱਕਿਆ ਭਾਓ ਸੁਣਿਆ ਕਬੱਡੀ। ਲਓ ਕਿਸੇ ਨੇ ਕਹਿੰਦੇ ਵੀ ਬੱਬਰ ਸ਼ੇਰ ਡੋਲੇ 'ਤੇ ਖੜਵਾਇਆ, ਕਿਸੇ ਨੇ ਖੰਡਾ ਖੜਵਾਇਆ, ਲਓ ਉਹ ਟਾਈਟੂਆਂ ਦੀ ਇੱਕ ਸ਼ੇਰ ਲਿਖਿਆ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕਿ ਖੜਵਾਇਆ ਕਿਸੇ ਨੇ ਸਿੱਖੀ ਦਾ ਨਿਸ਼ਾਨ ਖੰਡਾ, ਕਿਧਰੇ ਬਾਜ਼ ਉਡਾਰੀਆਂ ਚੱਕਦਾ ਏ, ਫੋਟੋ ਕਿਸੇ ਖੜਵਾਈ ਯਾਰ ਵਾਲੀ, ਮੋਇਆ ਜੀ ਕਿਸੇ ਦੇ ਮੋਢੇ 'ਤੇ ਹੱਸਦਾ ਏ, ਮਹਿਮਾ ਵਾਲਿਆ ਸ਼ਕੀਨ ਏ ਟਾਈਟੂਆਂ ਦੇ,
ਚਿੱਤਰ ਕਿਸੇ ਦੇ ਡੌਲੇ ਤੇ ਸੱਪ ਦਾ ਹੀ, ਕਿਸੇ ਨੇ ਸੱਪ ਦੀ ਫੋਟੋ ਖੜਵਾਈ ਆ। ਲਓ ਜੱਗੇ ਦੀ ਕਬੱਡੀ ਤੇ ਵਾਹ, ਇਹ ਨਿੱਕਾ ਕੋਚ ਦੱਸੇਗਾ। ਲੈ ਵੀ ਨਿੱਕੇ ਨਾਂ ਦੱਸੀ ਮੁੰਡੇ ਦਾ, ਬਲਜੀਤ ਟਰਪੱਲਾ, ਬਾਲਾ ਟਰਪੱਲਾ ਮੇਰੇ ਵੀਰੋ, ਸੇਠੀ ਟਰਪੱਲੇ ਦਾ, ਜਿੱਥੇ ਦੇ ਕਬੱਡੀ ਦੇ ਸਟਾਰ ਪੈਦਾ ਕੀਤੇ ਆ, ਜਿਸ ਟਰਪੱਲੇ ਨਗਰ ਨੇ ਕਬੱਡੀ ਦੇ ਸਟਾਰ ਪੈਦਾ ਕੀਤੇ ਆ, ਉਸੇ ਟਰਪੱਲੇ ਦਾ ਇਹ ਨੌਜਵਾਨ ਸੇਠੀ ਦਾ ਪਿੰਡੂ ਹੈ, ਬਾਲੇ ਟਰਪੱਲੇ ਦਾ ਪਿੰਡੂ ਹੈ। ਲਓ ਇਧਰਲੀ ਸਾਈਡ ਭਾਈ ਹੋਈ ਗੱਭਰੂ ਦੀ ਕਬੱਡੀ ਤੇ ਉਹ ਆਓ ਸੁਣਿਆ। ਲਓ ਨੌਜਵਾਨ ਭੱਜ ਕੇ ਲੱਗਾ ਮੇਰੇ ਵੀਰੋ ਡੱਕਣ ਦਾ ਪ੍ਰਿਆਸ। ਇੱਧਰ ਧੰਨਵਾਦ ਮਾਨਯੋਗ ਸਤਿਕਾਰਯੋਗ ਵੀਰ ਆ ਜਿੰਨੇ ਵੀ ਸਮੁੱਚੀ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਹੈ, ਸਾਰੇ ਵੀਰਾਂ ਦਾ ਧੰਨਵਾਦ। ਚਲੋ ਗੋਪੀ ਪਾਓ ਸ਼ੀਰਾ ਕਬੱਡੀ। ਲਓ ਗੋਪੀ ਅੰਮ੍ਰਿਤ ਸਰੀਆ ਮੇਰੇ ਵੀਰੋ, ਇਹ ਨੌਜਵਾਨ ਸੰਤੂ ਨੰਗਲ ਪਿੰਡ ਆ ਇਸ ਨੌਜਵਾਨ ਦਾ। ਲਓ ਅਗਲੀਆਂ ਟੀਮਾਂ ਅਜੋ ਵੀ ਜੀ, ਲਓ ਲੱਗਦਾ ਮੈਚ ਦਾ ਇਹ ਲਾਸਟ ਪੁਆਇੰਟ ਹੈ। ਸੋ ਨਾਲ ਹੀ ਰਾਜਨ ਕਲਿਆਣ ਵੀ ਆ ਜਾਵੇ, ਸੋ ਆ ਜਾ ਮੇਰੇ ਵੀਰ। ਸੋ ਲਓ ਇਧਰਲੀ ਸਾਈਡ ਮੁੰਡਾ ਗੋਪੀ ਹੈ, ਲਓ ਅੰਮ੍ਰਿਤ ਸਰੀਆ ਇਧਰਲੀ ਸਾਈਡ ਮੁੰਡਾ ਡੱਕਣ ਦਾ ਪ੍ਰਯਾਸ ਕਰ ਰਿਹਾ। ਇਹ ਸਮਾਂ ਦੱਸੇਗਾ ਵੀ ਪੁਆਇੰਟ ਕਿਹੜੀ ਟੀਮ ਦੇ ਹਿੱਸੇ ਹੈ, ਇਹ ਜੋ ਅੰਕ ਹੈ ਇਹ ਕਿਹੜੀ ਟੀਮ ਦੇ ਹਿੱਸੇ ਜੁੜਦਾ। ਬਹੁਤ ਬਹੁਤ ਧੰਨਵਾਦ ਹੈ। ਲਓ ਇੱਥੇ ਹੀ ਸਮਾਂ ਸਮਾਪਤ ਹੈ। ਦੱਸਿਓ ਕਾਲੇ ਵੀਰ ਜੀ, ਮਾਲੂਪੁਰ ਜੇਤੂ ਹੈ, ਹੈ ਜੀ ਨੇ ਵੀਰ ਜੀ, ਹੈ ਜੀ ਨੇ ਵੀਰ, ਨੋਟ ਕਰੋ ਮਾਲੂਪੁਰ ਦੀ ਟੀਮ ਜੇਤੂ ਹੈ ਵੀਰ ਜੀ, ਇਹਦੇ ਵਿੱਚੋਂ ਮਾਲੂਪੁਰ ਜੇਤੂ ਹੈ। ਆ ਜਾਓ ਜੀ ਟੀਮਾਂ ਆ ਜਾਣ ਜਲਦੀ ਤੋਂ ਜਲਦੀ, ਬਾਜਵਾਂ ਅਤੇ ਨਰਿਆਲਾ ਆ ਗਈ ਹੈ ਜੀ, ਠੀਕ ਹੈ। ਸੁਰਖਪੁਰ ਅਤੇ ਗਾਂਦਰਾਂ ਵੀ ਆ ਜਾਣ ਜੀ, ਸੁਰਖਪੁਰ ਅਤੇ ਗਾਂਦਰਾਂ ਇਹ ਵੀ ਟੀਮਾਂ ਆ ਜਾਣਾ। ਲਓ ਇੱਧਰਲੀ ਸਾਈਡ ਬਾਜਵਾਂ ਦੀ ਟੀਮ, ਲੱਖਾ ਤੋਤਾ ਸਿੰਘ ਵਾਲੇ ਦਾ ਪੁੱਜ ਗਿਆ, ਪ੍ਰਦੀਪਾ ਪੁੱਜ ਗਿਆ, ਕਲਵੰਤ ਵੀ ਪੁੱਜ ਗਿਆ, ਪੰਜਾਬ ਪੁਲਿਸ ਵਿੱਚ ਮੁੰਡਾ ਨੌਕਰੀ ਕਰਦਾ ਹੈ, ਕਾਰਾ ਪੂਨੀਆ ਰੇੜਮਾ ਵਾਲਾ ਵੀ ਪੁੱਜ ਗਿਆ ਮੇਰੇ ਵੀਰੋ, ਨਾਲ ਹੀ ਗੋਪੀ ਵੀ ਪੁੱਜਾ ਹੋਇਆ। ਆਹ ਵੀ ਟੀਮ ਤਕੜੀ ਆ ਮੇਰੇ ਵੀਰੋ, ਜੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜਿਹੜੀ ਟੀਮ ਪੁੱਜੀ ਆ। ਕੁਲਵਿੰਦਰ ਸਿੰਘ ਜੀ USA ਜਮਸ਼ੇਰ ਵਾਲੀ 1000 ਰੁਪਈਆ ਪੰਜਾਬੀ ਬੋਲਾਂ ਦਾ ਭੇਜਦੇ ਆ, ਬਹੁਤ ਬਹੁਤ ਧੰਨਵਾਦ ਕੁਲਵਿੰਦਰ ਸਿੰਘ ਜੀ USA ਜੋ ਮੇਨ ਸਪੋਂਸਰ ਹੈ ਜਮਸ਼ੇਰ ਦੇ ਖੇਡ ਮੇਲੇ ਦੇ, ਮੇਨ ਸਪੋਂਸਰ ਮੇਰੇ ਵੀਰੋ। ਉੱਥੇ ਜਮਸ਼ੇਰੀਏ ਜਿੰਨੇ ਵੀ ਖੇਡਦੇ ਆ ਕਹਿੰਦੇ ਵੱਡਾ ਮਾਣ ਕਰਦੇ ਆ, ਜਿੰਨੇ ਵੀ ਜਮਸ਼ੇਰੀਏ ਪੁਆਇੰਟ ਜੋੜਨਗੇ ਆਉਣ ਵਾਲੇ ਮੈਚਾਂ ਵਿੱਚ ਵੀ, ਕੁਲਵਿੰਦਰ ਸਿੰਘ ਜੀ ਜਮਸ਼ੇਰ ਵਾਲੇ USA ਵਾਲੇ ਵੱਡਾ ਮਾਣ ਕਰਨਗੇ ਸਾਰੇ ਖਿਡਾਰੀਆਂ ਦਾ। ਧੰਨਵਾਦ ਹੈ ਕੁਲਵਿੰਦਰ ਸਿੰਘ ਜੀ ਜਮਸ਼ੇਰ, ਕਈ ਸਾਲਾਂ ਤੋਂ ਮੋੜ ਬਿੰਦੀ ਸ਼ੀਪਾ ਪਰਮਜੀਤ ਜੀਤਾ ਕੈਨੇਡਾ ਸ਼ਿੰਦਰ ਬਹੁਤ ਹੀ ਇਹਨਾਂ ਨੇ ਯੋਗਦਾਨ ਪਾਇਆ ਆ। ਹੈਲੋ, ਸੁਰਖਪੁਰ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਖੇਡ ਮੈਦਾਨ ਦੇ ਵਿੱਚ ਆ ਜਾਵੇ। ਸੁਰਖਪੁਰ ਅਤੇ ਗਾਂਦਰਾਂ ਦਾ ਅਗਲਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਹੋਣਾ ਹੈ ਮੇਰੇ ਵੀਰਿਓ, ਅਤੇ ਦੋਨਾਂ ਹੀ ਟੀਮਾਂ ਦੇ ਖਿਡਾਰੀ ਵੀਰਾਂ ਨੂੰ ਮੇਰੀ ਬੇਨਤੀ ਵੀ ਖੇਡ ਮੈਦਾਨ ਦੇ ਵੱਲ ਆਓ। ਉੱਧਰ ਇੱਕ ਪਾਸੇ ਵਾਜਵਾਂ ਕਲਾਂ ਦੀ ਟੀਮ ਹੈ ਅਤੇ ਦੂਜੇ ਪਾਸੇ ਜਿਹੜੀ ਟੀਮ ਆ ਨਰਿਆਲੇ ਦੀ, ਉੱਧਰ ਸਾਡੇ ਬਹੁਤ ਬਹੁਤ ਧੰਨਵਾਦ ਹੈ ਮੁੱਖ ਸਟੇਜ 'ਤੇ ਬੈਠੀਆਂ ਮਹਾਨ ਸ਼ਖਸੀਅਤਾਂ ਸਾਡੇ ਸਰਦਾਰ ਗੁਰਮੇਲ ਸਿੰਘ ਜੀ UK ਅਤੇ ਸਰਦਾਰ ਹਰਭਜਨ ਸਿੰਘ ਜੀ UK, ਔਰ ਢੰਡਿਆਂ ਦੇ ਵਿੱਚ ਵੀ ਬਹੁਤ ਤਕੜਾ ਕਬੱਡੀ ਕੱਪ ਕਰਵਾਉਂਦੇ ਨੇ, ਅਤੇ ਨਾਲ ਸਾਡੇ ਕੁਲਵੰਤ ਸਿੰਘ ਜੀ ਕਾਂਤੂ ਬੋਪਾ ਰਾਏ ਵਾਲੇ, ਉਹ ਵੀ ਮੈਨੂੰ ਲੱਗਦਾ ਵੀ ਪੁੱਜ ਚੁੱਕੇ ਨੇ ਅਮੈਰੀਕਾ ਦੇ ਵਿੱਚ, ਵੱਡੇ ਕਾਰੋਬਾਰ ਨੇ ਇਹਨਾਂ NRI ਵੀਰਾਂ ਦੇ, ਬਹੁਤ ਵੱਡੇ ਸਹਿਯੋਗ ਨੇ। ਅਤੇ ਖੇਡ ਮੈਦਾਨ ਦੇ ਵਿੱਚ ਮੈਂ ਦੇਖਦਾ ਵੀ ਇੱਕ ਪਾਸੇ ਸਰਬਜੀਤ ਸਿੰਘ ਜੀ ਨੂੰ ਪਿਆਰ ਦੇ ਨਾਲ ਸਭ ਹੀ ਆਖਦੇ ਨੇ, ਅਤੇ ਦੂਜੇ ਪਾਸੇ ਓਂਕਾਰ ਸਿੰਘ ਕਾਰਾ ਪੰਜਾਬ ਪੁਲਿਸ ਵਾਲਾ ਅੱਗੇ ਵੱਧ ਕੇ ਟਰਾਈ ਕਰਦਾ। ਸਾਹਮਣੇ ਸੁਰਖਪੁਰ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵੱਲ ਨੂੰ ਆ ਰਹੀ ਹੈ, ਸੋ ਮੇਰੀ ਬੇਨਤੀ ਹੈ ਵੀ ਗਾਂਦਰਾਂ ਦੀ ਟੀਮ ਆ ਜਾਵੇ, ਨਾਲ ਹੀ ਬਜੂਹਾ ਅਤੇ ਮਾਲੂਪੁਰ ਇਹ ਵੀ ਟੀਮਾਂ ਜਿਹੜੀਆਂ ਅਗਲੇ ਮੁਕਾਬਲਿਆਂ ਲਈ ਤਿਆਰ ਰਹਿਣਗੀਆਂ। ਮਾਂ ਖੇਡ ਕਬੱਡੀ ਦੇ ਬਹੁਤ ਹੀ ਰੌਚਕ ਜਿਹੇ ਮੁਕਾਬਲੇ ਹੁਣ ਸ਼ੁਰੂ ਹੋਣ ਜਾ ਰਹੇ ਨੇ।
ਬਹੁਤ ਤਗੜੇ ਮੁਕਾਬਲੇ ਜਿਹੜੇ ਖੇਡੇ ਜਾਣੇ ਨੇ ਇੱਧਰ ਛਿੰਦਾ ਵਾਜਵਾਂ ਕਲਾਂ ਦੀ ਧਰਤੀ ਵਾਜਵਾਂ ਕਲਾਂ ਤੇ ਵਾਜਵਾਂ ਖੁਰਦ ਫਿਰ ਉਹ ਤੋਂ ਬਾਅਦ 'ਚ ਜਦੋਂ ਆਪਾਂ ਦਰਿਆ ਪਾਰ ਕਰੀਦਾ ਫਿਰ ਮਾਲਵੇ ਦਾ ਏਰੀਆ ਸ਼ੁਰੂ ਹੋ ਜਾਂਦਾ ਮੇਰੇ ਵੀਰੋ ਮਾਲਵਾ ਮਾਝਾ ਅਤੇ ਦੁਆਬਾ ਇਹ ਪੰਜਾਬ ਦੇ ਜਿਹੜੇ ਪ੍ਰਸਿੱਧ ਖਿਡਾਰੀ ਨੇ ਲਓ ਸਾਹਮਣੇ ਖੇਡ ਮੈਦਾਨ 'ਚ ਇਸ ਵੇਲੇ ਮੈਂ ਦੇਖਦਾ ਵੀ ਨੰਬਰ ਜਿਹੜਾ ਇਹ ਵੀ ਵਾਜਵਾਂ ਕਲਾਂ ਦੀ ਟੀਮ ਦੇ ਲਈ ਇਧਰ ਪਾਲਾ ਆ ਗਿਆ ਸੁਰਖਪੁਰੀਆ ਬਿੱਲਾ ਆ ਗਿਆ ਮਾਂ ਖੇਡ ਕਬੱਡੀ ਦੇ ਮਹਾਨ ਖਿਡਾਰੀ ਤੇ ਜੇਸ ਖਿਡਾਰੀ ਨੇ ਕਹਿੰਦੇ ਵੀ ਖੇਡ ਜਾਗਤ ਦੇ ਵਿੱਚ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਯਾਦਵਿੰਦਰ ਸਿੰਘ ਯਾਦਾ ਉਹ ਵੀ ਖੇਡ ਮੈਦਾਨ ਵਿੱਚ ਆ ਗਿਆ ਮੇਰੇ ਵੀਰਿਓ ਇੱਕ ਵਾਰੀ ਗਹਿ ਕਡਮੀ ਤਾੜੀ ਮਾਰਦਾ ਉਹਨਾਂ ਖਿਡਾਰੀਆਂ ਦੇ ਲਈ ਲਗਭਗ ਪੰਡਤ ਵੀਰ ਦੱਸੇਗਾ ਵੀ 50 ਲੱਖ ਤੋਂ ਵੱਧ ਦੇ ਜਿਹੜੇ ਨਾਮ ਜਿੱਤ ਚੁੱਕਾ ਏ ਜਾਦਾ ਸੁਰਖਪੁਰੀਆ ਮਾਂ ਖੇਡ ਕਬੱਡੀ ਜਾਗਤ ਦੇ ਵਿੱਚ ਵੱਡਾ ਨਾਮ ਏ ਬਈ ਇੱਕ ਤਾੜੀ ਮਾਰਦਾ ਯਾਦੇ ਸੁਰਖਪੁਰੀਏ ਲਈ ਮੇਰੇ ਵੀਰਿਓ ਤੇ ਨਾਲ ਕਹਿੰਦੇ ਵੀ ਪੰਡਤ ਸੁਰਖਪੁਰੀਆ ਪਿੱਛੇ ਪਿੱਛੇ ਆ ਰਿਹਾ ਇਹਨਾਂ ਖਿਡਾਰੀਆਂ ਨੂੰ ਵੱਡੀ ਜਿਹੜੀ ਹੱਲਾ ਸ਼ੇਰੀ ਏ ਸੋ ਮਾਂ ਖੇਡ ਕਬੱਡੀ ਦੇ ਮਹਾਨ ਖਿਡਾਰੀ ਇੱਧਰ ਜੱਸਾ ਵੀਰ ਆ ਗਿਆ ਨਾਲ ਰਾਣਾ ਵੀ ਆ ਗਿਆ ਤੇ ਨਾਲ ਬਲਕਾਰਾ ਸ਼ਿਕਾਰ ਮਾਛੀਆਂ ਵਾਲਾ ਵੀ ਆ ਰਿਹਾ ਮੇਰੇ ਵੀਰਿਓ ਤੇ ਪਰ ਸਾਹਮਣੇ ਇਹ ਹੈ ਸ਼ੇਰਾ ਇਹ ਵੀ ਕਹਿੰਦੇ ਵੀ ਗੁੱਜਰ ਪਰਿਵਾਰ ਦਾ ਲਓ ਸੱਸੇ ਨਾਲ ਜਿੰਦਾ ਤੇ ਸੱਸੇ ਨਾਲ ਸ਼ੇਰਾ ਪਰ ਸਾਹਮਣੇ ਸਫਲਤਾ ਜਾਫੀ ਦੇ ਕਦਮ ਚੁੰਮਦੀ ਗਰਮੇਲ ਮੇਲੋ ਜੀ ਹਲਕਾ ਜਿਹਾ ਹੱਸੇ ਵੀ ਮੁੰਡੇ 'ਚ ਜ਼ੋਰ ਘੱਟ ਸੀ ਪਰ ਗੱਲ ਜਿਹੜੀ ਤਕਨੀਕ ਦੀ ਕਹਿੰਦੇ ਵੀ ਗੱਲ ਜਿਹੜੀ ਤਕਨੀਕ ਦੀ ਕਿਤੇ ਚੱਲੇ ਜ਼ੋਰ ਕਿਤੇ ਚੱਲਦਾ ਏ ਧੱਕਾ ਕਿਤੇ ਚੱਲੇ ਤਕਨੀਕ ਤੇ ਚੱਲਦਾ ਏ ਤੱਫਾ ਤੇ ਇੱਧਰ ਫਿਰ ਨੰਬਰ ਜਿਹੜਾ ਨਰਿਆਲੇ ਦੀ ਟੀਮ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਹ ਨਗਰ ਹੈ ਮੇਰੇ ਵੀਰਿਓ ਤੇ ਉੱਧਰ ਸਾਡੇ ਹਰਭਜਨ ਸਿੰਘ ਜੀ ਯੂਕੇ ਨਾਲ ਸਾਡੇ ਗੁਰਮੇਲ ਸਿੰਘ ਜੀ ਜੱਗਾ ਯੂਕੇ ਮੁੱਖ ਸਟੇਜ ਤੇ ਵਿਰਾਜਮਾਨ ਨੇ ਸਲੂਟ ਏ NRI ਵੀਰਾਂ ਨੂੰ ਯੂਕੇ ਦੇ ਵਿੱਚ ਕਹਿੰਦੇ ਵੀ ਬਹੁਤ ਵੱਡੀ ਜਿਹੜੀ ਟੀਮ ਬਣਾਉਂਦੇ ਨੇ ਕਿ ਬਣ ਗਏ ਕਈ ਪ੍ਰਮੋਟਰ ਲੱਖਾਂ ਪੈਸਾ ਲਾਉਂਦੇ ਨੇ ਤੇ ਕੋਚ ਕਮੈਂਟਰ ਰੈਫਰੀ ਉੱਚਾ ਨਾਚ ਮਕਾਉਂਦੇ ਨੇ ਪਿੰਡ ਫਤਿਹਪੁਰ ਜੱਸਿਆ ਔਖੇ ਹੀਰੇ ਲੱਭੀ ਦੇ ਵੱਸਦੇ ਰਹਿਣ ਪੰਜਾਬੀ ਸ਼ੌਂਕੀ ਖੇਡ ਕਬੱਡੀ ਦੇ ਜੁਗ ਜੁਗ ਜੀਣ ਪੰਜਾਬੀ ਸ਼ੌਂਕੀ ਖੇਡ ਕਬੱਡੀ ਦੇ ਜੱਸੇ ਫਤਿਹਪੁਰੀਏ ਦੀਆਂ ਲਿਖੀਆਂ ਇਹ ਲਾਈਨਾਂ ਐ ਮੇਰੇ ਵੀਰਿਓ ਤੇ ਮਾਂ ਖੇਡ ਕਬੱਡੀ ਦੇ ਮਹਾਨ ਖਿਡਾਰੀ ਤੇ ਮਹਾਨ ਪ੍ਰਮੋਟਰ ਪੁੱਜਦੇ ਜਾ ਰਹੇ ਨੇ ਅੱਜ ਬਜੂਹਾ ਕਬੱਡੀ ਕਲੱਬ ਨੂੰ ਮੁਬਾਰਕਾਂ ਨੇ ਸਾਹਮਣੇ ਲੱਖੇ ਦੀ ਕਬੱਡੀ ਮੇਰੇ ਵੀਰਿਓ ਇਹ ਹੈ ਲੱਖਾ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਤੇ ਅੱਜ ਬਾਜਵਾਂ ਕਲਾਂ ਲਈ ਕਬੱਡੀ ਪਾ ਰਿਹਾ ਕਿ ਤਿੱਖੇ ਤਿੱਖੇ ਨੈਣ ਮੁੰਡਾ ਛਾਟਵੇਂ ਸਰੀਰ ਦਾ ਕਰਦਾ ਮੁਕਾਬਲਾ ਕਮਾਨੋ ਛੁੱਟੇ ਤੀਰ ਦਾ ਉੱਧਰ ਸਾਡੇ ਸ਼ਿੰਦਰ ਕਨੇਡਾ ਜੀ ਵਿਸ਼ੇਸ਼ ਤੌਰ ਤੇ ਵੱਡੇ ਸਹਿਯੋਗ ਨੇ ਧੰਨਵਾਦ ਏ ਅੱਜ ਦੇ ਇਸ ਕਬੱਡੀ ਕੱਪ ਦੀਆਂ ਮੁਬਾਰਕਾਂ ਨੇ ਤੇ ਸਾਹਮਣੇ ਕਾਲੇ ਸੰਘਿਆਂ ਦੀ ਧਰਤੀ ਦਾ ਜੰਪਲ ਇਸ ਵੇਲੇ ਖੇਡ ਮੈਦਾਨ 'ਚ ਕਬੱਡੀ ਪਾ ਰਿਹਾ ਉੱਧਰ ਪਈ ਹੋਈ ਕਬੱਡੀ ਤੇ ਬਾਜਵਾਂ ਵਾਲਾ ਕਰੂ ਕਮਾਲ ਲਓ ਝੜਪ ਕਰਾਰੀ ਮੇਰੇ ਵੀਰਿਓ ਉੱਡੀ ਹੋਈ ਮਾਂ ਮਿੱਟੀ ਦੀ ਧੂੜ ਆ ਵੱਸ ਬਈ ਨੌਜਵਾਨਾਂ ਨੰਬਰ ਮਿਲ ਗਿਆ ਹੁਣੇ ਚੋਂ ਕੀ ਕੱਢਣਾ ਤਾੜੀ ਮਾਰਦਾ ਮੇਰੇ ਦਰਸ਼ਕ ਵੀਰੋ ਯੋਰ ਆਪਣਾ ਇਤਿਹਾਸ ਆਪ ਰਚਦਾ ਤੇ ਇੱਧਰ ਖੇਡ ਮੈਦਾਨ ਦੇ ਵਿੱਚ ਮਾਂ ਖੇਡ ਕਬੱਡੀ ਦੇ ਮਹਾਨ ਖਿਡਾਰੀ ਪੁੱਜ ਰਹੇ ਨੇ ਬਲਜੀਤ ਸਿੰਘ ਜੀ ਵੱਡਾ ਮਾਣ ਮਹਿਸੂਸ ਕਰਦੇ ਨੇ ਅੱਜ ਦੇ ਇਸ ਕਬੱਡੀ ਕੱਪ ਤੇ ਲੱਗੀਆਂ ਹੋਈਆਂ ਰੌਣਕਾਂ ਨੇ ਤੇ ਇੱਧਰ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਮੁਕਾਬਲਾ ਨੰਬਰ ਵਾਜਵਾਂ ਕਲਾਂ ਦੀ ਟੀਮ ਦੇ ਲਈ ਛਿੰਦੇ ਨੇ ਜੋੜ ਦਿੱਤਾ ਵਾਹ ਉਹ ਛਿੰਦਿਆ ਇਹ ਹੈ ਛਿੰਦਾ ਇੱਕ ਕਹਿੰਦੇ ਵੀ ਸੁਰਿੰਦਰ ਛਿੰਦਾ ਜਿਵੇਂ ਮੈਂ ਪਹਿਲਾਂ ਦੱਸਿਆ ਪ੍ਰਸਿੱਧ ਲੋਕ ਗਾਇਕ ਇੱਕ ਛਿੰਦਾ ਛੂ ਮੰਤਰ ਤੇ ਇੱਕ ਛਿੰਦਾ ਪਰ ਇੱਧਰ ਸੱਭੀ ਦਾ ਮੁਕਾਬਲਾ ਮੇਰੇ ਵੀਰਿਓ ਖੇਡ ਮੈਦਾਨ ਦੇ ਵਿੱਚ ਹੁੰਦਾ ਹੋਇਆ ਸਪਰੇ ਜੋਰ ਸਾਹਿਬ ਜੀ ਸਪਰੇ ਹੋਣੀ ਆ ਆਪਣੇ ਮੁੰਡੇ ਸਪਰੇ ਲੈ ਕੇ ਆ ਮੇਰਾ ਪੁੱਤ ਕੋਈ ਇੱਧਰ ਖੇਡ ਮੈਦਾਨ ਚ ਕਬੱਡੀ ਲੱਖੇ ਦੀ ਪੈ ਚੁੱਕੀ ਮੇਰੇ ਵੀਰਿਓ ਤੇ ਸਾਹਮਣੇ ਮੈਂ ਦੇਖਦਾ ਵੀ ਸ਼ੇਰਾ ਸ਼ੇਰਾ ਤੇ ਲੱਖਾ ਉਹ ਫੜਿਆ ਲੱਕ ਪਰ ਸਮਾਂ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਮੁਕਾਬਲਾ ਤੇ ਗਾਂਧਰਾਂ ਦੀ ਟੀਮ ਨੂੰ ਮੇਰੀ ਬੇਨਤੀ ਹੈ ਕਿਉਂਕਿ ਸੁਰਖਪੁਰ ਦੀ ਟੀਮ ਜਿਹੜੀ ਆ ਗਈ ਏ ਗਾਂਧਰਾਂ ਦੀ ਟੀਮ ਨੂੰ ਮੇਰੀ ਬੇਨਤੀ
ਕਿ ਕਰ ਮਿਹਨਤਾਂ ਜਿਹਨਾਂ ਸਰੀਰ ਤੋੜੇ ਉਹੀ ਜਗ ਤੇ ਨਾਮ ਚਮਕਾਉਣ ਯਾਰੋ ਜਿਹਨਾਂ ਵਿਹਲੀਆਂ ਖਾਧੀਆਂ ਹੁੰਦੀਆਂ ਨੇ ਉਹਤੇ ਖੇਡਦੇ ਵੇ ਘਬਰਾਉਣ ਯਾਰੋ ਘਰਾਂ ਵਿੱਚ ਤੇ ਸਭ ਭਲਵਾਨ ਹੁੰਦੇ ਬਿਰਲੇ ਵਿੱਚ ਮੈਦਾਨਾਂ ਦੇ ਆਉਣ ਯਾਰੋ ਮੱਲੀਆਂ ਵਾਲਿਆਂ ਮਾਣ ਜਿਹਨਾਂ ਨੂੰ ਡੌਲਿਆਂ ਤੇ ਅੱਜ ਬਜੂਹਾ ਕਬੱਡੀ ਕਲੱਬ ਤੇ ਜ਼ੋਰ ਦਿਖਾਉਣ ਯਾਰੋ ਬਜੂਹਾ ਕਬੱਡੀ ਕਲੱਬ ਤੇ ਜ਼ੋਰ ਦਿਖਾਉਣ ਯਾਰੋ ਇੱਕ ਪਾਸੇ ਬਲ ਜੀਤਾ ਖੇਡ ਮੈਦਾਨ ਦੇ ਵਿੱਚ ਲਓ ਬਲ ਜ਼ੋਰ ਅਜਮਾਈ ਸਰਬਜੀਤ ਸੱਭੀ ਦੀ ਪਈ ਕਬੱਡੀ ਤੇ ਖੇਡ ਮੈਦਾਨ ਦੇ ਵਿੱਚ ਪਹਿਲਾਂ ਲੱਕ ਫੜਿਆ ਤੇ ਆਓ ਦਿਲ ਦੀ ਛਤਰੀ ਤੇ ਬੈਠ ਗਿਆ ਕਿ ਮੇਰੇ ਦਿਲ ਦੀ ਛਤਰੀ ਤੇ ਬਹਿ ਗਿਆ ਇੱਕ ਕਬੂਤਰ ਚੀਨਾ ਕੰਮ ਰੇਡਰ ਦਾ ਰੇਡ ਹੈ ਪਾ ਦੇਣੀ ਕੋਸ਼ਿਸ਼ ਹੁੰਦੀ ਹੈ ਨੰਬਰ ਲੈਣ ਦੀ ਜੀ ਨੰਬਰ ਲੈਣਾ ਸਮਾਨ ਨੂੰ ਹੱਥ ਲਾਉਣਾ ਗੱਲ ਹੁੰਦੀ ਨਹੀਂ ਕਰਨ ਤੇ ਕਹਿਣ ਦੀ ਜੀ ਖਰਾ ਉਹ ਜਾਫੀ ਜਿਹਨੂੰ ਤਕਨੀਕ ਹੈ ਜੀ ਗੁੱਟ ਫੜ ਕੇ ਲੱਤੀ ਪੈਣ ਦੀ ਜੀ ਕੀ ਰੱਖਦੇ ਜਾਫੀ ਜ਼ਰੂਰਤ ਹੈ ਜੀ ਜੱਫਾ ਲਾ ਕੇ ਹਿੱਕ ਤੇ ਬਹਿਣ ਦੀ ਜੀ ਜੱਫਾ ਲਾ ਕੇ ਹਿੱਕ ਤੇ ਬਹਿਣ ਦੀ ਜੀ ਰਣਜੀਤ ਢੰਡੇ ਹੁਣਾਂ ਦੀ ਟੀਮ ਦੇ ਲਈ ਜੱਫੇ ਲਾਉਣੇ ਆ ਇਸ ਸਾਲ ਪਿਛਲੇ ਸਾਲ ਵੀ ਪਹਿਲਾਂ ਮੱਲੀਆਂ ਦੇ ਬੁੱਗੇ ਦੇ ਨਾਲ ਇੰਗਲੈਂਡ ਤੇ ਫਿਰ ਇੰਗਲੈਂਡ ਦੀ ਟੀਮ ਦੇ ਵੱਲੋਂ ਕੈਨੇਡਾ ਖੇਡਿਆ ਜਾਂਦਾ ਸੁਰਖਪ੍ਰੀਆ ਤੇ ਕਹਿੰਦੇ ਵੀ ਮਹਿੰਗੇ ਮੁੱਲ ਦੇ ਖਿਡਾਰੀ ਅੱਜ ਪੁੱਜੇ ਨੇ ਇਹ ਵੀ ਉਸ ਵੱਡੇ ਅਪਾਰ ਕਿਰਪਾ ਉਸ ਮਾਲਕ ਦੀ ਵੱਡੀ ਅਪਾਰ ਕਿਰਪਾ ਸਾਹਮਣੇ ਗਾਂਦਰਾਂ ਦੀ ਟੀਮ ਆ ਰਹੀ ਬਈ ਠੀਕ ਆ ਜੀ ਗਾਂਦਰਾਂ ਤੇ ਸੁਰਖਪੁਰ ਦਾ ਅਗਲਾ ਮੁਕਾਬਲਾ ਮੇਰੇ ਵੀਰਿਓ ਇੱਧਰ ਹੀ ਛਿੰਦਾ ਉਹ ਛਿੰਦੇ ਦੀ ਕਬੱਡੀ ਤੇ ਦੂਜੇ ਪਾਸੇ ਮੈਨੂੰ ਲੱਗਦਾ ਵੀ ਖੇਡ ਮੈਦਾਨ ਦੇ ਵਿੱਚ ਇਹ ਹੈ ਬਡਾਲਾ ਮੰਜਕੀ ਦੀ ਧਰਤੀ ਦਾ ਜੱਸੂ ਜਿਹੜਾ ਵੱਧ ਕੇ ਟਰਾਈ ਕਰਦਾ ਵਾਹ ਜੀ ਵਾਹ ਇੱਧਰ ਤੇ ਗੱਲਾਂ ਬਾਤਾਂ ਗਾਂ ਦੀਆਂ ਹੀ ਹੋ ਰਹੀਆਂ ਦਰਸ਼ਕ ਵੀਰੋ ਨੀਲਾ ਬਜੂਹਾ ਜੀ ਸਵਰਗਪੁਰੀਆ ਸੰਦੀਪ ਤੇ ਦੁੱਲਾ ਵੀ ਕਹਿੰਦੇ ਪੁੱਜਣ ਵਾਲੇ ਨੇ ਅੱਜ ਪਤਾ ਲੱਗਣਾ ਕਿੰਨੇ ਕੁ ਡੂੰਘੇ ਨੇ ਪਾਣੀ ਤੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਕਲੂ ਵੜੇਵੇਂ ਖਾਣੀ ਤੇ ਕੁੰਡੀਆਂ ਦੇ ਸਿੰਘ ਇੱਧਰ ਵੀ ਫਸੇ ਪਏ ਨੇ ਤੇ ਖੇਡ ਮੈਦਾਨ 'ਚ ਨੰਬਰ ਵਾਜਵਾਂ ਕਲਾਂ ਦੀ ਟੀਮ ਆ ਮੈਨੂੰ ਲੱਗਦਾ ਵੀ ਇਹ ਵੀ ਮੈਚ ਜਿਹੜੀ ਕਾਲੇ ਵੀਰ ਵਾਜਵਾਂ ਕਲਾਂ ਦੀ ਟੀਮ ਨੇ ਜਿੱਤ ਲਿਆ ਵਾਹ ਜੀ ਵਾਹ ਦੁੱਲਾ ਬੱਗੀ ਤੇ ਸੰਦੀਪ ਉਹ ਵੀ ਖੇਡ ਮੈਦਾਨ ਦੇ ਵਿੱਚ ਆ ਜਾਣ ਮਾਂ ਖੇਡ ਕਬੱਡੀ ਦੇ ਮਹਾਨ ਖਿਡਾਰੀ ਕਿ ਸੁੱਖੀ ਗਰਲਾਲ ਦੁੱਲਾ ਸਾਨਾ ਵਰਗੇ ਕਿਹੜਾ ਪਾਲੂ ਹੱਥ ਵੀ ਮੰਗੀ ਸੁੱਖਾ ਪਾਲਾ ਤੇ ਅਮਨ ਪੱਤੜਾ ਉੱਡਣੇ ਹੈ ਸੱਪ ਵੀ ਦੁੱਲੇ ਵੀਰ ਇੱਧਰ ਸਟੇਜ ਵਾਲੀ ਸਾਈਡ ਤੇ ਆ ਜਾਓ ਸੰਦੀਪ ਵੀਰ ਜੀ ਬੱਗੀ ਵੀਰ ਜੀ ਪਲੀਜ਼ ਬਹੁਤ ਬਹੁਤ ਧੰਨਵਾਦ ਹੈ ਦੁਨੀਆ ਦੇ ਵਿੱਚ ਨਾਮ ਖੇਡ ਜਗਤ ਦੇ ਵਿੱਚ ਆ ਸਾਹਮਣੇ ਕਹਿੰਦੇ ਵੀ BMW ਗੱਡੀ ਦਾ ਜੇਤੂ ਇਹ ਹੈ ਸੁਰਖਪੁਰੀਆ ਸੰਦੀਪ ਤਿੰਨ ਲਫਜ਼ਾਂ ਦਾ ਨਾਮ ਤੇ ਵਜੂਹਾ ਤੇ ਮਾਲੂਪੁਰ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਵੀ ਖੇਡ ਮੈਦਾਨ ਦੇ ਵਿੱਚ ਆ ਜਾਣ ਵਜੂਹਾ ਤੇ ਮਾਲੂਪੁਰ ਇਸ ਖੇਡ ਮੇਲੇ ਤੇ ਕਹਿੰਦੇ ਵੀ ਦੁੱਲਾ ਸੁਰਖਪੁਰੀਆ ਪੁੱਜ ਜਾਵੇ ਯਾਦਾ ਸੁਰਖਪੁਰੀਆ ਪੁੱਜ ਜਾਵੇ ਸੰਦੀਪ ਸੁਰਖਪੁਰੀਆ ਪੁੱਜ ਜਾਵੇ ਮੇਰੇ ਵੀਰਿਓ ਉਹ ਮੇਲੇ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਜਾਂਦੀ ਵੀ ਮਹਿੰਗੇ ਮੁੱਲ ਦੇ ਜਿਹੜੇ ਖਿਡਾਰੀ ਆਏ ਨੇ ਲੈ ਵੀ ਦੁੱਲੇ ਵੀਰ ਇੱਧਰਲੀ ਸਾਈਡ ਜਿੱਥੋਂ ਐਂਟਰੀ ਗੇਟ ਰੱਖਿਆ ਇੱਧਰਲੀ ਸਾਈਡ ਆਓ ਤੇ ਉੱਧਰ ਲੱਡੂ ਵੀਰ ਨੇ ਵੀ ਹੁਣ ਤਾਰਾਂ ਚੱਕ ਲਈਆਂ ਵੀ ਲੈਟਾਂ ਜਗਾ ਦਈਏ ਮਹਿੰਗੇ ਮੁੱਲ ਦੇ ਖਿਡਾਰੀ ਆਏ ਨੇ ਤੇ ਮੈਚ ਬੜੇ ਫਸਵੇਂ ਹੋਣੇ ਨੇ ਇੱਧਰ ਗਾਂਦਰਾਂ ਦੀ ਟੀਮ ਦਾ ਮੁਕਾਬਲਾ ਹੁਣ ਜਾ ਰਿਹਾ ਪਹਿਲੀ ਕਬੱਡੀ ਸੁਰਖਪੁਰ ਦੀ ਟੀਮ ਵੱਲੋਂ ਜੋਤੇ ਦੀ ਪੈਰੀ ਮੇਰੇ ਵੀਰਿਓ ਪਹਿਲੀ ਕਬੱਡੀ ਸੁਰਖਪੁਰ ਦੀ ਟੀਮ ਵੱਲੋਂ ਜੋਤੇ ਦੀ ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਤੇ ਪਹਿਲੀ ਕਬੱਡੀ ਤੇ ਪਹਿਲਾ ਨੰਬਰ ਸੁਰਖਪੁਰ ਦੀ ਟੀਮ ਦੇ ਲਈ ਵਜੂਹਾ ਕਬੱਡੀ ਕਲੱਬ ਤੇ ਮਾਲੂਪੁਰ ਦੀਆਂ ਟੀਮਾਂ ਆ ਜਾਣ ਨਾਲ ਹੀ ਸਾਡੇ ਕਲੱਬ ਦੇ ਅਹੁਦੇਦਾਰ ਰਿਸੀਵ ਕਰ ਰਹੇ ਨੇ ਸੰਦੀਪ ਸੁਰਖਪੁਰੀਆ ਦੁੱਲਾ ਸੁਰਖਪੁਰੀਆ ਨਾਲ ਬੱਗੀ ਸਾਡਾ ਵੀਰ ਸੁਰਖਪੁਰੀਆ ਬਹੁਤ ਪਿਆਰੇ ਜਿਹੇ ਖਿਡਾਰੀ ਨੇ
ਸਰਗਪੁਰ ਦੇ ਕਬੱਡੀ ਕੱਪ ਤੇ 2 ਮਿੰਟ ਮਿਲੇ ਦੁੱਲੇ ਸਰਗਪੁਰੀਏ ਨਾਲ ਗੱਲ ਕਰ ਲਈ ਕਹਿੰਦਾ ਵੀ ਬੜੇ ਸਟਰਗਲ ਕੀਤੇ ਜ਼ਿੰਦਗੀ ਦੇ ਵਿੱਚ ਪਰ ਅੱਜ ਉਸ ਮਾਲਕ ਦੀ ਵੱਡੀ ਅਪਾਰ ਕਿਰਪਾ ਲੈ ਵੀ ਦੁੱਲੇ ਵੀਰ ਚਾਰ ਕ ਕਦਮ ਸੰਦੀਪ ਵੀਰ ਖੇਡ ਮੈਦਾਨ ਦੇ ਵੱਲ ਨੂੰ ਚੱਲ ਕੇ ਆ ਜਾਓ ਇਹ 2 ਕ ਕਦਮ ਖੇਡ ਮੈਦਾਨ ਦੇ ਵੱਲ ਆਓ ਜੀ ਪਹਿਲਾਂ ਦਰਸ਼ਕ ਤੁਹਾਡੇ ਦਰਸ਼ਨ ਕਰ ਲੈਣਗੇ 2 ਦੁੱਲੇ ਵੀਰ ਆਓ ਬੱਗੀ ਵੀਰ ਵੀ ਨਾਲ ਆਉਣਗੇ ਆਹ ਹੈ ਦੁਨੀਆ ਦੇ ਕਹਿੰਦੇ ਵੀ ਮੰਨੇ ਪ੍ਰਵੰਨੇ ਮਹਿੰਗੇ ਮੁੱਲ ਦੇ ਖਿਡਾਰੀ ਮੇਰੇ ਵੀਰੋ ਸਾਹਮਣੇ ਕਹਿੰਦੇ ਵੀ ਦੁੱਲਾ ਸਵਰਗਪੁਰੀਆ ਤੇ ਸੰਦੀਪ ਸਵਰਗਪੁਰੀਆ 5ਵੇਂ ਵਿਸ਼ਵ ਕਬੱਡੀ ਕੱਪ ਦਾ ਟਰੈਕਟਰ ਦਾ ਜੇਤੂ ਇੱਕ ਵਾਰੀ ਦਿਲੋਂ ਤਾੜੀਆਂ ਮਾਰ ਦਿਓ ਜੇ ਇੰਨਾ ਮਨੋ ਮੋਹੀ ਪਿਆਰ ਕਰਦੇ ਨਾ ਖਿਡਾਰੀਆਂ ਨੂੰ ਤੇ BMW ਗੱਡੀ ਦੇ ਨਾਲ ਜੋ ਪਿੱਛੇ ਜਾ ਰਿਹਾ ਹੈ ਸੰਦੀਪ ਸਵਰਗਪੁਰੀਆ ਤੇ ਮੋਹਰੇ ਹੈ ਦੁੱਲਾ ਸਵਰਗਪੁਰੀਆ ਦੁਨੀਆਂ ਦੇ ਵਿੱਚ ਨਾਮ ਤੇ ਬੱਗੀ ਵੀਰ ਜੀ ਕਿੱਥੇ ਰਹਿ ਗਏ ਆ ਜਾਓ ਤੁਸੀਂ ਵੀ ਕਿਉਂਕਿ ਤੁਹਾਡੇ ਵਰਗੇ NRI ਵੀਰਾਂ ਦੇ ਨਾਲ ਹੀ ਇਹ ਖਿਡਾਰੀ ਜਿਹੜੇ ਫਿਰ ਅਸਮਾਨਾਂ ਨੂੰ ਸੂੰਹਦੇ ਨੇ ਤੇ ਲਓ ਸਾਹਮਣੇ ਸਿੱਖ ਸਰਦਾਰ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਸਾਡੇ ਮੱਲੀਆਂ ਦੇ ਖੇਡ ਮੇਲੇ ਤੇ ਸੰਦੀਪ ਸਵਰਗਪੁਰੀਆ ਜਾਦਾ ਸਵਰਗਪੁਰੀਆ ਵਾਨੇ ਵਰਗੇ ਤਾਜੇ ਵਰਗੇ ਗੱਗੀ ਵਰਗੇ ਖੇਡੇ ਲੈ ਵੀ ਸੰਦੀਪ ਇਲਾਕੇ ਦੇ ਵਿੱਚ ਮੁਬਾਰਕਾਂ ਮਿਲੀਆਂ ਵੀ ਮੱਲੀਆਂ ਦੇ ਕਬੱਡੀ ਕੱਪ ਦੇ ਵੱਖਰੇ ਰੰਗ ਵੱਜ ਗਏ ਪਰ ਅੱਜ ਬਜੂਹਾ ਕਬੱਡੀ ਕਲੱਬ ਨੂੰ ਵੀ ਮੁਬਾਰਕਾਂ ਨੇ ਵੀ ਮਹਿੰਗੇ ਮੁੱਲ ਦੇ ਜਿਹੜੇ ਖਿਡਾਰੀ ਪੁੱਜੇ ਨੇ ਇਹ ਉਸ ਮਾਲਕ ਦੀ ਵੱਡੀ ਅਪਾਰ ਕਿਰਪਾ ਨਾਲ ਹੀ ਇੱਧਰ ਗਰਮੇਲ ਮਿਲੋ ਜੀ ਮੈਨੂੰ ਵਾਰ ਵਾਰ ਆਰਜੀ ਲਾ ਰਹੇ ਨੇ ਵੀ ਰਾਜਨ ਕਲਿਆਣ ਅਗਲੀਆਂ ਟੀਮਾਂ ਬੁਲਾਓ ਮਾਲੂਪੁਰ ਤੇ ਬਜੂਹਾ ਕਬੱਡੀ ਕਲੱਬ ਦੀਆਂ ਟੀਮਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਤੇ ਆਹ ਕੌਣ ਹੈ ਮੇਰੇ ਵੀਰੋ ਇਹ ਹੈ ਯਾਦਵਿੰਦਰ ਸਿੰਘ ਜਾਦਾ ਕਿ ਜਿੱਥੇ ਮਰਜ਼ੀ ਜੱਫਾ ਲਵਾ ਲੈ ਮਿੱਤਰਾਂ ਦਾ ਨਾਮ ਚੱਲਦਾ ਜਿੱਥੇ ਮਰਜ਼ੀ ਜੱਫਾ ਲਵਾ ਲੈ ਔਰ ਨਾਲ ਸਾਡੇ ਮਨੀਲਾ ਗਰੁੱਪ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਸਾਹਮਣੇ ਗਾਮਾ ਮਨੀਲੇ ਵਾਲਾ ਵੀ ਬੈਠਾ ਤੇ ਖੇਡ ਮੈਦਾਨ ਦੇ ਵਿੱਚ ਫਿਰ ਮੈਂ ਦਿੰਦਾ ਵੀ ਅਜੇ ਦੀ ਪਈ ਕਬੱਡੀ ਇੱਕ ਪਾਸੇ ਪਾਲਾ ਨਾਲ ਹੀ ਜੱਸੇ ਦੇ ਮੁਕਾਬਲਾ ਮੇਰੇ ਵੀਰੋ ਇੱਕ ਕਹਿੰਦੇ ਵੀ ਜੱਸਾ ਸਿੱਧਵਾਂ ਵਾਲਾ ਮਸ਼ਹੂਰ ਖਿਡਾਰੀ ਤੇ ਇੱਕ ਜੱਸਾ ਕਹਿੰਦੇ ਵੀ ਫਤਿਹਪੁਰੀਆ ਇੱਕ ਜੱਸਾ ਪੋਥਲੇ ਮਢੇਰ ਵਾਲਾ ਤੇ ਇੱਕ ਜੱਸਾ ਮੇਰੇ ਵੀਰੋ ਤੁਹਾਡੇ ਸਾਹਮਣੇ ਟਰਾਈ ਕਰਦਾ ਵਜੂਹੇ ਵਾਲਾ ਪਰ ਸਾਹਮਣੇ ਦੇਖਦੇ ਖੇਡ ਮੈਦਾਨ 'ਚ ਜੋਤੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਉੱਧਰ ਸਾਡੇ ਕੁਲਵੰਤ ਸਿੰਘ ਜੀ ਕਾਨ ਤੋਂ ਅਮਰੀਕਾ ਵਾਲੇ ਆ ਗਏ ਨੇ ਕੁਲਵੰਤ ਸਿੰਘ ਜੀ ਇੱਧਰਲੀ ਸਾਈਡ 'ਤੇ ਆ ਜਾਓ ਸਟੇਜ ਵੱਲ ਆਓ ਚਾਹ ਪਾਣੀ ਛਕੋ ਜ਼ਿੰਦਗੀ ਦੇ ਬਹੁਤ ਪਿਆਰੇ ਵੀਰ ਅਤੇ NRI ਵੀਰਾਂ ਦੇ ਵੱਡੇ ਸਹਿਯੋਗ ਦੇ ਨਾਲ ਇਹੋ ਜਿਹਾ ਕਬੱਡੀ ਕੱਪ ਹੁੰਦੇ ਨੇ ਸਵਾਗਤ ਅਤੇ ਕੁਲਵੰਤ ਸਿੰਘ ਸਾਡਾ ਖੇਡ ਜਗ ਦੇ ਵਿੱਚ ਕਾਂਤੂ ਦੇ ਨਾਮ ਦੇ ਨਾਲ ਪ੍ਰਸਿੱਧ ਹੋਏ ਨੀਟੂ ਕੰਗ ਹੁਣਾਂ ਦੇ ਨਾਲ ਇਕੱਠਿਆਂ ਨੇ ਕਬੱਡੀ ਖੇਡੀ ਸੋ ਨੀਟੂ ਕੰਗ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਯੰਗ ਸਪੋਰਟਸ ਕਲੱਬ ਆ ਕਿ ਸਾਡੀ ਜਿੱਤ ਦੀ ਕੈਨੇਡਾ ਵਿੱਚ ਜਿੱਤ ਦੀ ਇਹ ਯੰਗ ਕਲੱਬ ਨੇ ਸਾਡੀ ਜਿੱਤ ਦੀ ਕੈਨੇਡਾ ਵਿੱਚ 97-96-97 ਤੋਂ ਦੁੱਲੇ ਸਵਰਗਪੁਰੀਏ ਦਾ ਕਹਿੰਦੇ ਵੀ ਵਾਰਲਾ ਜਿਹੜਾ ਟੂਰ ਸ਼ੁਰੂ ਹੋਇਆ ਇੰਗਲੈਂਡ ਦੇ ਵਿੱਚ ਖੇਡਿਆ ਪਹਿਲੀ ਵਾਰ ਅਤੇ ਫਿਰ ਕਹਿੰਦੇ ਵੀ ਪਿੱਛਾ ਮੁੜ ਕੇ ਨਹੀਂ ਦੇਖਿਆ ਉਸ ਮਾਲਕ ਦੀ ਵੱਡੀ ਅਪਾਰ ਕਿਰਪਾ ਦੇ ਨਾਲ ਦੁਨੀਆਂ ਦੇ ਵਿੱਚ ਨਾਮ ਹੈ ਤੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਹ ਪਈ ਹੋਈ ਕਬੱਡੀ ਤੇ ਮੁਕਾਬਲਾ ਸਖ਼ਤ ਮੇਰੇ ਵੀਰੋ ਇਹਨੂੰ ਕਹਿੰਦੇ ਵੀ ਤੁਨ ਕੇ ਪਰ ਨੰਬਰ ਜਿਹੜਾ ਧਾਵੀ ਦੇ ਲਈ ਤਾੜੀਆਂ ਵੱਜੀਆਂ ਨੇ ਇਹ ਸਵਰਗਪੁਰੀਆ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਤੇ ਸਾਹਮਣੇ ਸਦੀਕ ਦੀ ਕਬੱਡੀ ਮੇਰੇ ਵੀਰਿਓ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਇਹ ਹੈ ਸਦੀਕ ਖੇਡ ਮੈਦਾਨ 'ਚ ਕਬੱਡੀ ਪਾ ਰਿਹਾ ਉਧਰ ਪਈ ਹੋਈ ਕਬੱਡੀ ਤੇ ਕੌਣ ਡੱਕੇਗਾ ਇਹ ਹੈ ਕਹਿੰਦੇ ਵੀ ਯਾਦਾ ਸਵਰਗਪੁਰੀਆ ਕਿ ਯਾਦਾ ਯੋਧਾ ਦੋਨੇ ਵੀਰ ਵਰਲਡ ਕੱਪ ਖੇਡੇ ਮਾਂ ਖੇਡ ਕਬੱਡੀ ਵਿੱਚ ਵੱਖਰਾ ਇਤਿਹਾਸ ਬਣਾ ਦਿੱਤਾ ਪਾਕਿਸਤਾਨ ਦੀ ਟੀਮ ਨੂੰ ਲਾ ਜੱਫੇ ਪ੍ਰੀਤ ਟਰੈਕਟਰ ਰਾਹ ਸਵਰਗਪੁਰ ਦੇ ਪਾ ਦਿੱਤਾ ਸਵਰਗਪੁਰ ਵਿੱਚ ਲੋਕੀ ਦੇਣ ਵਧਾਈਆਂ ਤੇ ਮੇਜਰ ਸਿੰਘ ਔਜਲੇ ਦਾ ਮਾਣ ਵਧਾ ਦਿੱਤਾ ਮੇਜਰ ਸਿੰਘ ਔਜਲੇ ਦਾ ਨਾਮ ਵਧਾ ਦਿੱਤਾ ਇਹ ਵੀ ਕਹਿੰਦੇ ਵੀ ਸਵਰਗਪੁਰੀਏ ਬਿੱਲੇ ਦੀ ਕਬੱਡੀ ਮੇਰੇ ਵੀਰਿਓ ਸਵਰਗਪੁਰੀਆ ਯਾਦਾ ਯੋਧਾ ਤੇ ਬਿੱਲਾ ਇੱਕੋ ਪਰਿਵਾਰ ਦੇ ਖਿਡਾਰੀ ਨੇ ਉਸ ਮਾਲਕ ਦੀ ਵੱਡੀ ਅਪਾਰ ਕਿਰਪਾ ਏ ਲਓ ਸਾਹਮਣੇ ਅਜੇ ਦੀ ਕਬੱਡੀ ਤੇ ਹੁਣ ਦੇਖਦੇ ਵੀ ਕੌਣ ਡੱਕਦਾ ਖੇਡ ਮੈਦਾਨ ਤੇ ਜੱਸਾ ਤੇ ਅਜੇ ਪਰ ਆਓ ਲੱਗੀ ਹੋਈ ਮਿਹਨਤ ਦਾ ਨਜ਼ਾਰਾ ਪੰਡਤ ਸਵਰਗਪੁਰੀਏ ਦੀ ਪੂਰੀ ਹੱਲਾਸ਼ੇਰੀ ਕਿ ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜੱਪ ਗੁਰੂ ਜਿਨ੍ਹਾਂ ਦੇ ਟੱਪਣੇ ਤੇ ਚੇਲੇ ਜਾਣ ਛੜੱਪ ਬਈ ਮਾਲੂਪੁਰ ਦੀ ਟੀਮ ਆ ਤੇ ਬਜੂਹਾ ਕਬੱਡੀ ਕਲੱਬ ਦੀ ਠੀਕ ਆ ਜੀ ਮੇਰੀ ਬੇਨਤੀ ਹੈ ਜਲਦੀ ਸਟੈਜੂ ਅਗਲਾ ਸੋਡੀ ਵੀਰ ਜੀ ਤਿਆਰ ਕਰਕੇ ਦੇ ਦਿਓ
ਉਧਰ ਸਾਡਾ ਕੰਬਾ ਵੀਰ ਵੱਡੀਆਂ ਜ਼ਿੰਮੇਵਾਰੀਆਂ ਦੋਨਾਂ ਨਗਰਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਸਾਹਮਣੇ ਹਰਪ੍ਰੀਤ ਹੈਪੀ ਜਿਹਨੂੰ ਪਿਆਰ ਦੇ ਨਾਲ ਮਲੂਕਾ ਆਖਦੇ ਨੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਤੇ ਹੁਣ ਦੇਖਦੇ ਵੀ ਕੌਣ ਡੱਕਦਾ ਕੌਣ ਰੱਖਦਾ ਪਈ ਹੋਈ ਕਬੱਡੀ ਤੇ ਚੱਲਦਾ ਹੋਇਆ ਮੁਕਾਬਲਾ ਇੱਕ ਪਾਸੇ ਪਾਲਾ ਆਉਂਦਾ ਹੋਇਆ ਜਾਹੂ ਜਲਾਲ ਦੇ ਵਿੱਚ ਪਰ ਖੇਡ ਮੈਦਾਨ ਦੇ ਵਿੱਚ ਮੈਂ ਦੇਖਦਾ ਵੀ ਨੰਬਰ ਜਿਹੜਾ ਇਹ ਗਾਂਧਰਾਂ ਦੀ ਟੀਮ ਦੇ ਲਈ ਜੁੜਦਾ ਹੋਇਆ ਮੇਰੇ ਵੀਰਿਓ ਤੇ ਸਾਹਮਣੇ ਖੇਡ ਮੈਦਾਨ 'ਚ ਕਬੱਡੀ ਯੋਧੇ ਨਾਮ ਦਾ ਖਿਡਾਰੀਆਂ ਦਾ ਕਿਉਂਕਿ ਜਦੋਂ ਸਾਲ ਦੋ ਸਾਲ ਖੇਡੇ ਫਿਰ ਦੱਸਣ ਦੀ ਲੋੜ ਨਹੀਂ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਸਾਡੇ ਮਨੀਲਾ ਗਰੁੱਪ ਵਾਲੇ ਵੀਰਾਂ ਦਾ ਵੀ ਧੰਨਵਾਦ ਪਰ ਸਾਹਮਣੇ ਮੁਕਾਬਲਾ ਸਖ਼ਤ ਮੇਰੇ ਵੀਰਿਓ ਲੱਗਦਾ ਹੋਇਆ ਜੱਫਾ ਪਈ ਹੋਈ ਕਬੱਡੀ ਤੇ ਨੰਬਰ ਜਿਹੜਾ ਲਗਭਗ ਮੈਨੂੰ ਲੱਗਦਾ ਵੀ 12 ਤੋਂ 15 ਮੋਟਰਸਾਈਕਲ ਯਾਦੇ ਸਵਰਗਪੁਰੀਏ ਨੇ ਜਿੱਤੇ ਨੇ ਲੰਡੀਆਂ ਜੀਪਾਂ ਜਿੱਤੀਆਂ ਔਰ ਟਰੈਕਟਰ ਜਿੱਤੇ ਤੇ ਅੱਜ ਇਹ ਵੀ ਕਲੀਅਰ ਕਰਾਂਗੇ ਵੀ ਟੋਟਲ ਜਿਹੜੇ ਮੈਨੂੰ ਲੱਗਦਾ 50 ਲੱਖ ਤੋਂ ਉੱਪਰ ਦੇ ਮਾਨ ਸਨਮਾਨ ਜਿਹੜੇ ਪ੍ਰਾਪਤ ਕੀਤੇ ਫੋਰਚੂਨਰ ਗੱਡੀ ਰਣਜੀਤ ਢੰਡੇ ਹੋਣਾ ਨੇ ਦਿੱਤੀ ਪਹਿਲਾਂ ਕਹਿੰਦੇ ਵੀ ਇਨੋਵਾ ਤੇ ਕਿਤੇ ਸਪਾਰੀ ਪਰ ਹੁਣ ਫੋਰਚੂਨਰ ਤੇ ਬੀਮਰ ਗੱਡੀ ਦੇ ਨਾਲ ਮਾਨ ਸਨਮਾਨ ਹੁੰਦੇ ਇਹਨਾਂ ਖਿਡਾਰੀਆਂ ਦੇ ਵੱਖਰੇ ਰਿਕਾਰਡ ਨੇ ਔਰ ਸੰਦੀਪ ਸੁਰਖਪੁਰੀਏ ਨੂੰ ਕਹਿੰਦੇ ਵੀ ਵਿਮਰ ਗੱਡੀ ਦੇ ਨਾਲ ਮਾਨ ਸਨਮਾਨ ਹੋਏ BMW ਗੱਡੀ ਲਗਭਗ 35 ਲੱਖ ਦੀ ਮੇਰੇ ਵੀਰਿਓ ਤੇ ਇੱਧਰ ਬਿੱਲੇ ਦੀ ਕਬੱਡੀ ਤੇ ਖੇਡ ਮੈਦਾਨ ਦੇ ਵਿੱਚ ਆਓ ਨੰਬਰ ਸੁਰਖਪੁਰ ਦੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਜੁੜਦਾ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਆ ਮਨੀਲਾ ਗਰੁੱਪ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹ ਕਾਲੇ ਵੀਰ ਜਿਹੜਾ ਹਰਜੀਤ ਸਿੰਘ ਜੀ ਨੀਲਾ ਤੇ ਸਾਡਾ ਬਿੰਦੀ ਮੌਲਾ ਸ਼ੀਪਾ ਮੌਲ ਸੁਖਜੀਤ ਸਿੰਘ ਮੌਲ ਤੇ ਸਾਡੇ ਸੁਰਜੀਤ ਸਿੰਘ ਜੀ ਮੌਲ ਦਲਵੀਰ ਸਿੰਘ ਜੀ ਠੀਕ ਆ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਥੋੜ੍ਹੀ ਮਿਸਟੇਕ ਹੋ ਜਾਂਦੀ ਨਾਵਾਂ ਦੇ ਵਿੱਚ ਜੇ ਆਪ ਲਿਖੇ ਹੋਣ ਤੇ ਥੋੜ੍ਹਾ ਜਿਹਾ ਕਲੀਅਰ ਹੋ ਜਾਂਦਾ ਸਾਡੇ ਹਰਜੀਤ ਸਿੰਘ ਜੀ ਮੌੜ ਮਨੀਲਾ ਗਰੁੱਪ ਹਰਜੀਤ ਸਿੰਘ ਜੀ ਨੀਲਾ ਤੇ ਬਿੰਦੀ ਸਾਡੇ ਸੌਲ ਜੀ ਸ਼ੀਪਾ ਸ਼ੌਲ ਤੇ ਸਾਡੇ ਸੁਖਜੀਤ ਸੌਲ ਜੀ ਸੁਰਜੀਤ ਸੌਲ ਜੀ ਤੇ ਦਲਵੀਰ ਸੌਲ ਜੀ ਤੇ ਨਾਲ ਸਾਡੇ ਰਣਜੀਤ ਸਿੰਘ ਜੀ ਸੌਲ ਸਾਰੇ ਮਨੀਲਾ ਗਰੁੱਪ ਵਾਲੇ ਇਹਨਾਂ NRI ਵੀਰਾਂ ਦਾ ਚਾਹੇ ਕੋਈ ਕੈਨੇਡਾ ਤੋਂ ਚਾਹੇ ਕੋਈ ਇੰਗਲੈਂਡ ਤੋਂ ਚਾਹੇ ਕੋਈ ਅਮਰੀਕਾ ਤੋਂ ਚਾਹੇ ਕੋਈ ਮਨੀਲੇ ਤੋਂ ਜਿੱਥੋਂ ਵੀ NRI ਵੀਰ ਮਾਣ ਕਰਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਹਮਣੇ ਜੋਤੇ ਦੀ ਕਬੱਡੀ ਮੇਰੇ ਵੀਰਿਓ ਤੇ ਨੰਬਰ ਸੁਰਖਪੁਰ ਦੀ ਟੀਮ ਦੇ ਲਈ ਹਾਂਜੀ ਅਗਲਾ ਮੈਚਾਂ ਦਾ ਸਟੈਜੂਅਲ ਦੱਸ ਦਿਓ ਮੇਰੀ ਬੇਨਤੀ ਹੈ ਵੀ ਵੇਲੇ ਦਾ ਕੰਮ ਤੇ ਕਵੇਲੇ ਦੀਆਂ ਟੱਕਰਾਂ ਹੋ ਜਾਂਦੀਆਂ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਸਾਹਮਣੇ ਇਸ ਵੇਲੇ ਸਦੀਕ ਦੀ ਕਬੱਡੀ ਏ ਦੂਜੇ ਪਾਸੇ ਪਾਲਾ ਸਾਹਮਣੇ ਖੇਡ ਮੈਦਾਨ 'ਚ ਵੱਧ ਕੇ ਟਰਾਈ ਕਰਦਾ ਤੇ ਪਾਲਾ ਪਾਲਾ ਹੋ ਜਾਣੀ ਬਸ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੈ ਪਾਲਿਆ ਕਿਉਂਕਿ ਜਿਹਨੇ ਯਾਦੇ ਦੀ ਵਾਹ ਫੜ ਲਈ ਸੰਦੀਪ ਸੁਰਖਪੁਰੀਏ ਦੀ ਵਾਹ ਫੜ ਲਈ ਤੇ ਉਹ ਤੇ ਫਿਰ ਪਾਰ ਹੀ ਏ ਤੇ ਵਾਹਿਗੁਰੂ ਦੀ ਵੱਡੀ ਅਪਾਰ ਕਿਰਪਾ ਖੇਡ ਮੈਦਾਨ ਦੇ ਵਿੱਚ ਲਓ ਇੱਕ ਛੋਟੀ ਜਿਹੀ ਉਮਰ ਦਾ ਖਿਡਾਰੀ ਕਬੱਡੀ ਪਾ ਰਿਹਾ ਉਧਰ ਕੁਲਵੰਤ ਸਿੰਘ ਜੀ ਕਾਂਤੂ ਤੱਕਦੇ ਨੇ ਮੁੱਖ ਸਟੇਜ ਤੇ NRI ਵੀਰ ਬੈਠੇ ਨੇ ਅੱਜ ਦੇ ਇਸ ਖੇਡ ਮੇਲੇ ਦੀਆਂ ਰੌਣਕਾਂ ਵੱਖਰੀਆਂ ਨੇ ਤੇ ਸਾਹਮਣੇ ਅਜੇ ਦੀ ਕਬੱਡੀ ਮੇਰੇ ਵੀਰਿਓ ਭਲਵਾਨਾਂ ਵਰਗਾ ਵਾਲਾਂ ਦਾ ਸਟਾਈਲ ਹੈ ਉੱਡਦੀ ਹੋਈ ਮਾਂ ਮਿੱਟੀ ਦੀ ਧੂੜ ਜਿੰਨੇ ਵਾਰੀ ਵੀ ਮੁਕਾਬਲਾ ਹੋਇਆ ਲਗਭਗ ਜੱਸੇ ਦੇ ਨਾਲ ਹੀ ਹੋਇਆ ਤੇ ਨੰਬਰ ਜਿਹੜਾ ਇਹ ਖੇਡ ਮੈਦਾਨ ਦੇ ਵਿੱਚ ਗਾਂਧਰਾਂ ਦੀ ਟੀਮ ਦੇ ਲਈ ਜੁੜਦਾ ਮੇਰੇ ਵੀਰਿਓ ਤੇ ਸਾਹਮਣੇ ਫਿਰ ਜੋਤਾ ਹਲਕਾ ਜਿਹਾ ਮੁੜ ਕੇ ਨੂੰ ਪੁੰਜਿਆ ਉਧਰ ਲੱਡੂ ਵੀਰ ਨੇ ਵੀ ਲੱਟਾਂ ਜਗਾਤੀਆਂ ਪਰ ਮੈਨੂੰ ਲੱਗਦਾ ਵੀ ਮੰਗਾ ਨਾਗ ਕਹਿੰਦਾ ਫਾਈਨਲ ਮੈਚ ਸਮੇਂ ਨਾਲ ਹੀ ਹੋ ਜਾਣਾ ਤੇ ਅੱਜ ਸਮੇਂ ਦੇ ਨਾਲ ਹੀ ਘਰੇ ਜਾਵਾਂਗੇ ਮੰਗੇ ਇਹ ਤੇ ਉਸ ਮਾਲਕ ਦੇ ਰੰਗ ਨੇ ਹਾਂਜੀ ਸੁਰਖਪੁਰ ਦੀ ਟੀਮ ਜਿਹੜੀ ਜੇਤੂ ਏ ਇਸ ਮੁਕਾਬਲੇ ਦੀ ਸੁਰਖਪੁਰ ਦੀ ਟੀਮ ਕਿ ਹਾਂਜੀ ਜਿਹਨੇ ਵੀਰ ਸੁਰਖਪੁਰ ਦੀ ਟੀਮ ਜੇਤੂ ਏ ਤੇ ਸਤਿਕਾਰ ਜੀ ਅਗਲਾ ਮੈਚ ਦੱਸ ਦਿਓ ਕਿਹੜੀਆਂ ਟੀਮਾਂ ਦਾ ਕਿ ਸੁਖੀ ਗੁਰਲਾਲ ਦੁੱਲਾ ਸਾਨਾ ਵਰਗੇ ਕਿਹੜਾ ਪਾਲੂ ਹੱਥ ਬਈ ਮੰਗੀ ਸੁੱਖਾ ਪਾਲਾ ਤੇ ਅਮਨ ਪੱਤੜਾ
ਉੱਡਣੇ ਹੈ ਸੱਪ ਵੀ ਸਿੱਧਵਾਂ ਦਾ ਜੱਸਾ ਕੁੱਦੇ ਨਾਲ ਫਸਿਆ ਲਈ ਜਾਵੇ ਖਿੱਚ ਕੇ ਦੇਖਦੇ ਹਾਂ ਕਿਹਦੇ ਵਿੱਚ ਦਮ ਮਿੱਤਰੋ ਕਿਹੜਾ ਜਾਂਦਾ ਜਿੱਤ ਕੇ ਦੇਖਦੇ ਹਾਂ ਕਿਹਦੇ ਵਿੱਚ ਦਮ ਮਿੱਤਰੋ ਮੈਂ ਸੁਰਖਪੁਰ ਦੀ ਧਰਤੀ 'ਤੇ ਇੱਕ ਸ਼ੇਰ ਬੋਲਿਆ ਕਿ ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ 'ਤੇ ਕਲਜੀਤਾ ਅਤੇ ਮੈਨੂੰ ਹਾਸਾ ਆ ਗਿਆ ਮੇਰਾ ਵੀਰ ਉੱਥੇ ਦੁੱਲਾ ਖੜਾ ਸੀ ਕਹਿੰਦਾ ਫੜ ਲਾ ਤੇਰੇ ਕੋਲ ਹੀ ਖੜਾ ਇਹ ਮਜ਼ਾਕ ਦੀਆਂ ਗੱਲਾਂ ਨੇ ਪਰ ਖੇਡ ਕਬੱਡੀ ਦੇ ਵਿੱਚ ਵੱਡਾ ਨਾਮ ਏ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਨਾ ਖਿਡਾਰੀਆਂ ਨੂੰ ਔਰ ਇੱਕ ਯਾਦੇ ਦਾ ਜੋ ਗੀਤ ਲਿਖਿਆ ਹਰਵਿੰਦਰ ਮਹਿਮ ਨੇ ਆਪਣੀ ਕਲਮ ਅਤੇ ਆਪਣੀ ਆਵਾਜ਼ ਦੇ ਵਿੱਚ ਗਾਵੇਗਾ ਇੱਕ ਗੀਤ ਜਿਹੜਾ ਯਾਦਵਿੰਦਰ ਯਾਦੇ ਸੁਰਖਪੁਰੀਏ ਲਈ ਲਿਖਿਆ ਹਾਂ ਮੈਨੂੰ ਵੀਰ ਪਹਿਲਾਂ ਟੀਮਾਂ ਨੂੰ ਸੱਦਾ ਪੱਤਰ ਦੇ ਦਈਏ ਵੀ ਅਗਲਾ ਮੈਚ ਕਿਹਦਾ ਕਿਹਦਾ ਬਹੁਤ ਬਹੁਤ ਧੰਨਵਾਦ ਹੈ ਲਓ ਯਾਦੇ ਦਾ ਇੱਕ ਗੀਤ ਵੀਰ ਜੀ ਲਿਖਿਆ ਕਿ ਚੜ੍ਹ ਗਈ ਜਵਾਨੀ ਗੁੰਦਵੇਂ ਜਿਹਾ ਤਨਦਾ ਯਾਦਾ ਸੁਰਖਪੁਰ ਦੁੱਲੇ ਨੂੰ ਉਸਤਾਦ ਮੰਨਦਾ ਖੇਡ ਮੇਲਿਆਂ 'ਚੋਂ ਫਿਰਦਾ ਕਰਾਉਂਦਾ ਅੱਤ ਜੀ ਵੀਰ ਜੀ ਕਹਿੰਦੇ ਵੀ ਰਿਕਾਰਡ ਕਰ ਲੈ ਮਾਰ ਜਰਾ ਕੈਮਰਾ ਇੱਧਰੋਂ ਬਹੁਤ ਬਹੁਤ ਧੰਨਵਾਦ ਹੈ ਕਿ ਚੜ੍ਹ ਗਈ ਜਵਾਨੀ ਗੁੰਦਵੇਂ ਜਿਹਾ ਤਨਦਾ ਯਾਦਾ ਸੁਰਖਪੁਰ ਦੁੱਲੇ ਨੂੰ ਉਸਤਾਦ ਮੰਨਦਾ ਖੇਡ ਮੇਲਿਆਂ 'ਚੋਂ ਫਿਰਦਾ ਕਰਾਉਂਦਾ ਅੱਤ ਜੀ ਜਿੱਤੀਆਂ ਨੇ ਜੀਪਾਂ ਜਿਹਨੇ ਪੰਜ ਸੱਤ ਜੀ ਵਿਸ਼ਵ ਕੱਪ ਵਿੱਚ ਲਾਏ ਜਦੋਂ ਜੱਫੇ ਮਿੱਥ ਕੇ ਲੋਕੋ ਘਰ ਨੂੰ ਸੀ ਲੈ ਗਿਆ ਪ੍ਰੀਤ ਜਿੱਤ ਕੇ ਟੋਪ ਜਿਹੇ ਧਾਵੀਆਂ ਨੂੰ ਜੱਫੇ ਲਾਏ ਆ ਲੋਕੋ ਸਿਰੇ ਦੇ ਸ਼ਿਕਾਰੀ ਗੁੱਟ ਤੋਂ ਮਨਾਏ ਆ ਛੋਟੇ ਵੀਰੇ ਉੱਤੇ ਉਦੋਂ ਬੜਾ ਮਾਣ ਕਰਦਾ ਜਦੋਂ ਯੋਧਾ ਦੂਜੀ ਕੰਨੀ ਉੱਤੇ ਆਣ ਖੜਦਾ ਰੱਬਾ ਕਰਦੇ ਤੂੰ ਪੂਰੇ ਇਹਨਾਂ ਦਿਆਂ ਚਾਵਾਂ ਨੂੰ ਮਹਿਮ ਨਜ਼ਰ ਨਾ ਲੱਗੇ ਸਕਿਆਂ ਭਰਾਵਾਂ ਨੂੰ ਮਹਿਮ ਨਜ਼ਰ ਨਾ ਲੱਗੇ ਸਕਿਆਂ ਭਰਾਵਾਂ ਨੂੰ ਜਿਹਦਾ ਗੀਤ ਵਧੀਆ ਲੱਗਾ ਇੱਕ ਤਾੜੀ ਮਾਰ ਦਿਓ ਮੇਰੇ ਵੀਰੋ ਜੇ ਗੀਤ ਵਧੀਆ ਲੱਗਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਬੜੇ ਨੇ ਲੋਕੋ ਇਸ ਦੁੱਲੇ ਦੇ ਜਾਫੀਆਂ 'ਚ ਖੌਫ ਸੁਣੇ ਸ਼ੇਰ ਖੁੱਲੇ ਦੇ ਸਿਰੇ ਦੀਆਂ ਕੱਪਾਂ ਵਿੱਚ ਰੇਡਾਂ ਪਾ ਗਿਆ ਕਈਆਂ ਦੀਆਂ ਜੱਟ ਗੋਡੀਆਂ ਲਵਾ ਗਿਆ ਖੇਡ ਦੇ ਮੈਦਾਨਾਂ ਵਿੱਚ ਬੜਾ ਮੱਚਦਾ ਹੱਥ ਉੱਤੇ ਕਰ ਯਾਰੋ ਜਦੋਂ ਨੱਚਦਾ ਅੱਤ ਦੇ ਸ਼ਿਕਾਰੀਆਂ ਨੂੰ ਖੂੰਜੇ ਲਾ ਗਿਆ ਮੈਦਾਨਾਂ ਵਿੱਚ ਜੱਟ ਭੰਗੜੇ ਪਵਾ ਗਿਆ ਖੁਸ਼ ਰੱਖੀ ਰੱਬਾ ਸਦਾ ਰਹਿਣ ਹੱਸਦੇ ਮੈਦਾਨਾਂ ਵਿੱਚ ਸਦਾ ਸੂਰਮੇ ਹੀ ਜੱਚਦੇ ਲੋਕੋ ਮੁੱਲ ਨਹੀਂ ਉਹ ਪੈਣਾ ਹੀਰੇ ਅਣਮੁੱਲੇ ਦਾ ਕਬੱਡੀ ਵਿੱਚ ਨਾਮ ਰਹੂ ਸਦਾ ਦੁੱਲੇ ਦਾ ਹੁਣ ਘੱਟ ਹੀ ਮੈਦਾਨਾਂ ਵਿੱਚ ਮੈਨੂੰ ਦਿਸਦਾ ਮਹਿਮਾ ਵਾਲਾ ਲੋਕੋ ਗੱਲਾਂ ਸੱਚ ਲਿਖਦਾ ਮਹਿਮਾ ਵਾਲਾ ਲੋਕੋ ਗੱਲਾਂ ਸੱਚ ਲਿਖਦਾ ਹੁਣ ਘੱਟ ਹੀ ਖੇਡਦਾ ਬਹੁਤ ਬਹੁਤ ਧੰਨਵਾਦ ਤਾੜੀ ਮਾਰ ਦਿਓ ਖਿੱਚ ਕੇ ਮੇਰੇ ਵੀਰੋ ਜੇ ਗੀਤ ਵਧੀਆ ਲੱਗਾ ਧੰਨਵਾਦ ਗੀਤ ਹੈ ਰਾਜੂ ਦਾ ਗੀਤ ਹੈ ਮੇਰੇ ਵੀਰੋ ਜਿਸ ਨੌਜਵਾਨ ਨੇ 3.5 ਲੱਖ ਦੀਆਂ ਕਬੱਡੀਆਂ ਪਾਈਆਂ ਲਓ ਸੁਣਨਾ ਜਰਾ ਸਿੱਖ ਸਰਦਾਰ ਮੁੰਡਾ ਚੜ੍ਹਾਈ ਯਾਰੋ ਬੜੀ ਆ ਤਹਿਸੀਲ ਸਮਰਾਲਾ ਲੋਕੋ ਪਿੰਡ ਕੋਟ ਭੜੀ ਆ ਜਦੋਂ ਖੇਡ ਦੇ ਮੈਦਾਨਾਂ ਵਿੱਚ ਪੈਰ ਧਰਦਾ ਜਗਜੀਵਨ ਸਿੰਘ ਬਾਪ ਬੜਾ ਮਾਣ ਕਰਦਾ ਚਾਰੇ ਪਾਸੇ ਚਰਚਾ ਹੈ ਮਿੱਤਰਾਂ ਦੀ ਟੌਰ ਦੀ ਕੁੱਖ ਕਰਤੀ ਸਫਲ ਮਾਤਾ ਕੁਲਵਿੰਦਰ ਕੌਰ ਦੀ ਮੱਥਾ ਲੋਹੇ ਨਾਲ ਲਾ ਕੇ ਹੈ ਸਰੀਰ ਗੰਢਿਆ ਕੋਚ ਹਰਬੰਸ ਨੇ ਹੈ ਪੱਠਾ ਹੈ ਪੂਰਾ ਚੰਡਿਆ ਲੋਕੋ ਦਹਿਸ਼ਤ ਮੈਦਾਨਾਂ ਵਿੱਚ ਪੂਰੀ ਰੱਖਦਾ ਬਾਜ ਵਾਂਗੂ ਜਦੋਂ ਇਹ ਉਡਾਰੀ ਚੱਕਦਾ ਰਿਕਾਰਡ ਕਰ ਦਿੱਤਾ ਕੈਮ ਕਬੱਡੀ ਵਿੱਚ ਮੱਲ ਮਾਰੀ ਆ ਜਸਵੰਤਪ੍ਰੀਤ ਸਿੰਘ ਰਾਜੂ ਯਾਰੋ ਸਿਰੇ ਦਾ ਖਿਡਾਰੀ ਆ ਮਹਿਮਾ ਵਾਲਿਆ ਆਨੰਦਪੁਰ ਮੁੰਡਾ ਛਾ ਗਿਆ 3.5 ਲੱਖ ਦੀਆਂ ਲੋਕੋ 5 ਰੇਡਾਂ ਪਾ ਗਿਆ 3.5 ਲੱਖ ਦੀਆਂ ਲੋਕੋ 5 ਰੇਡਾਂ ਪਾ ਗਿਆ ਧੰਨਵਾਦ ਇੱਕ ਤਾੜੀ ਮਾਰ ਦਿਓ ਵੀਰ ਜੀ ਦਾ ਗੀਤ ਵਧੀਆ ਲੱਗਾ ਇਹ ਜਸਵੰਤਪ੍ਰੀਤ ਰਾਜੂ ਦਾ ਗੀਤ ਸੀ ਸਾਰੇ ਟੀਮਾਂ ਦੇ ਖਿਡਾਰੀ ਖੜੇ ਆ ਇਹ ਟਾਈਆਂ ਪੈ ਗਈ ਮੈਚ ਹੋਣਗੇ